ਹਾਂਜੀ ਗੁੱਡ ਮਾਰਨਿੰਗ ਸਤ੍ਰੀਕਾਲ ਸਾਰੇ ਨੂੰ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਤੁਹਾਡਾ ਪੰਜਾਬ 247 ਦੇ ਅਫੀਸ਼ੀਅਲ YouTube ਚੈਨਲ ਤੇ ਉਮੀਦ ਕਰਦਾ ਸਾਰੇ ਜਨੇ ਠੀਕ ਹੋਣਗੇ ਹਾਂਜੀ ਸੌਰੀ ਫॉर लेट ਵੀ ਅੱਜ ਆਪਾਂ ਪੂਰੇ 3 ਮਿੰਟ ਲੇਟ ਹੈ ਗਏ ਇਸ ਵਾਸਤੇ ਸੌਰੀ 2-3 ਮਿੰਟ ਲੇਟ ਹੋ ਗਿਆ ਆਪਾਂ ਅੱਜ ਠੀਕ ਹੈ ਥੋੜਾ ਟੈਕਨੀਕਲ ਇਸ਼ੂ ਹੋ ਗਿਆ ਸੀ ਇਹ ਮੌਕੇ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਫਟਾਫਟ ਦੱਸ ਦੋ ਵਾਇਸ ਕਲੀਅਰ ਹੈ ਵਾਇਸ ਕਲੀਅਰ ਆ ਰਹਾ ਜੇ ਫਟਾਫਟ ਦੱਸ ਦੋ ਵਾਇਸ ਕਲੀਅਰ ਆ ਰਹੀ ਹੈ वॉइस क्लियर आ रही है वेरी गुड मॉर्निंग वेरी गुड मॉर्निंग वॉइस क्लियर है वॉइस क्लियर है ऑडियो वीडियो सब क्लियर है ना गुड मॉर्निंग गुड मॉर्निंग वेरी गुड मॉर्निंग ऑल क्लियर थैंक यू गुड मॉर्निंग गुड मॉर्निंग वेरी गुड मॉर्निंग ਦਿਲਪ੍ਰੀਤ ਕੋਰ ओके ਸਰੋਜ ਸਤਿ ਸ਼੍ਰੀ ਅਕਾਲ ਹਰ ਬਿੰਦਰ ਕਰੇ ਹੈਗੇ ਆ ਗੁੱਡ ਮਾਰਨਿੰਗ ਸਰ ਵੈਰੀ ਗੁੱਡ ਮਾਰਨਿੰਗ ਪੂਜਾ ਜੀ ਹੋ ਜਾਂਦਾ ਵੀ ਕਦੇ ਕਦੇ ਹੋ ਜਾਂਦਾ ਹੈਗਾ ਠੀਕ ਹੈ ਟੈਕਨੀਕਲ ਇਸ਼ੂ ਕਦੇ 2 ਮਿੰਟ ਦਾ ਲੱਗ ਜਾਂਦਾ ਕਈ ਵਾਰੀ ਸਿਸਟਮ ਹੈਂਗ ਹੋ ਗਿਆ ਕੁਝ ਵੀ ਲੈ ਲਓ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਕਲੀਅਰ ਸਰ ਵੈਰੀ ਗੁੱਡ OK ਸ਼ਨ ਸਤਿ ਸ਼੍ਰੀ ਅਕਾਲ ਕਮਲ ਜੀ ਰਣਜੀਤ ਸਿੰਘ ਹਾਂਜੀ ਸਰ ਜੀ ਠੀਕ ਹੈ ਸੰਦੀਪ ਕੋਰ ਵੈਰੀ ਗੁੱਡ ਮਾਰਨਿੰਗ ਸੁਖਦੀਪ ਕੋਰ OK ਸੁਖਵਿੰਦਰ ਨੈਕਸਟ ਕਰਾਂਗੇ ਨੈਕਸਟ ਸਰ ਨੋਟੀਫਿਕੇਸ਼ਨ ਪ੍ਰੋਬਲਮ ਆ ਰਹੀ ਰੋਜੋ ओके दीप कौर संदीप कौर तो ਤੁਹਾਨੂੰ ਕੱਲਾ ਮੈਥ ਦਾ ਕੋਰਸ ਵੀ ਲਾਂਚ ਕਰਨਾ ਚਾਹੀਦਾ ਕਰਾਂਗੇ ਆ ਨਾਲੇ ਟਾਈਮ ਤੇ ਸਭ ਕੁਝ ਕਰਾਂਗੇ ਆ ਨਾਲੇ ਟਾਈਮ ਤੇ ਸਭ ਕੁਝ ਕਰਾਂਗੇ ਟੈਨਸ਼ਨ ਨਾ ਲੋ ਆਮ ওকে ਮੇਰੀ ਹਾਲ ਠੀਕ ਹੈ ਥੈਂਕ ਯੂ ਫॉर द कंसर्न ਠੀਕ ਹੈ ਆਮ ਗੁੱਡ ਵਟ ਐਬਾਊਟ ਯੂ ਬਲਜਿੰਦਰ ਠਿੰਡ ਯਾਰ ਵਿਨਦਰ ਸਿੰਘ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਹਾਂਜੀ ਹੈਲੋ ਜੀ ਹੈਲੋ ਨੀਲਮ ਰਾਣੀ গুড মর্নিং સર वेरी गुड मॉर्निंग रवि सिंह वेरी गुड मॉर्निंग सुकिरत कौर वेरी गुड मॉर्निंग दीपक वर्मा राधे राधे जी पंजाब क्लिक ਕਰਨ वेरी गुड मॉर्निंग वेरी गुड मॉर्निंग लाइक डन सर जी ओके लाइक शेयर फटाफट ਕਰ दो ਮਜ ਕਿਹਾ ਨਹੀਂ ਤੁਨ 104 ਜਣੇ ਹੋ ਚੁੱਕੇ फटाफट लाइक शेयर ਕਰ दो फटाफट लाइक शेयर ਕਰ दो 150 ਪਲਸ ਕਰ ਦੋ ਫੇਰ ਕਲਾਸ ਸਟਾਰਟ ਕਰਦੇ ਹੈਗੇ ਸਰ ਤੁਹਾਡੀ ਹੈਲਪ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਓਕੇ ਹੁਣ ਸਰ ਮੈਨੂੰ ਤੁਹਾਡੀ ਕਲਾਸ ਲਗਾਉਣੀ ਮੈਨੂੰ ਤੁਸੀਂ ਆਪ ਉੱਪਰ ਲੱਭੇਨ कोई ਗੱਲ ਨਹੀਂ ਤੁਸੀਂ ਪਲੇਲਿਸਟ ਬਣੀ ਹੋਈ ਪਲੇਲਿਸਟ ਆਪਣਾ ਟਾਈਮ ਹੀ ਹੈਗਾ ਵੀ 10 ਵਜੇ ਅਗਰ ਕਲਾਸ ਸਟਾਰਟ ਹੁੰਦੀ ਹੈ ਨਾ ਤਾਂ 10 ਵਜੇ ਆਪਾਂ ਲਾਈਵ ਹੋਨੇ ਆ। ਬਾਕੀ ਤੁਹਾਨੂੰ ਮੈਂ ਕਹਿ ਰੱਖਿਆ ਹੈਗਾ ਅਗਰ ਕਿਸੇ ਨੂੰ ਕਲਾਸ ਨਹੀਂ ਲੱਭਦੀ ਤਾਂ ਨਵਸਤੇ ਮੈਂ ਕੁਝ ਸੋਲੂਸ਼ਨ ਦੇ ਹੀ ਰੱਖਿਆ ਹੈਗਾ ਇੱਕ ਮੈਥਸ ਬਾਈ ਅੰਕੁਸ਼ ਸਰ Telegram ਚੈਨਲ ਆਪਣਾ ਹੈਗਾ ਨਾ ਮੈਥਸ ਬਾਈ ਅੰਕੁਸ਼ ਸਰ ਸਾਰੇ ਜੁੜੇ ਹੋਏ ਹੋ ਨਾ ਤਾਂ অলਮੋਸਟ ਜ਼ਿਆਦਾਤਰ ਚਾਂਸਸ ਵਿੱਚ ਕੀ ਹੁੰਦਾ ਕਿ ਮੈਂ ਹਮੇਸ਼ਾ ਉਹਨਾਂ ਦੇ ਵਿੱਚ ਸ਼ੇਅਰ ਕਰਕੇ ਹੀ ਆਣਾ ਪਹਿਲੇ। ਜੇ ਜੋ ਵੀ ਸਟੂਡੈਂਟਾਂ ਨੂੰ ਨੋਟੀਫਿਕੇਸ਼ਨ ਨਾ ਮਿਲੇ ਤਾਂ ਉਹ ਤੇ ਲਿੰਕ ਪਾ ਕੇ ਆਣਾ ਮੈਂ ਮੈਥਸ ਬਾਈ ਅੰਕ उत्त जाके मैं कि करता उ नोट पा के आना है लिंक पा के आना क्लिक करके डायरैक्ट तुम्हें वीडियो स्टार्ट हो जाएगी लाइव ठीक है हाँ जी हाँ जी फटाफट लाइक शेयर कर दो एक सौ अठारह बच्चे देख रहे हैं फटाफट लाइक शेयर करो स्टार्ट करिए फिर वेरी गुड मॉर्निंग वेरी गुड मॉर्निंग पेड से जो रिकॉर्डिंग क्लास होंगी ना जो लाइव होंगी हैगी है पेड़ क्लास होंगी अपनी लाइव वो उस तो दो तीन घंटे या चार घंटे बाद रिकॉर्ड जाके मिलेगी तो कोशिश यही करो कि लाइव लगाओ रिकॉर्ड भी तुम्हें मिलेगी अच्छी गल नहीं ठीक है जी ਗੁਰਵਿੰਦਰ ਕੋਰ ਕਹੇ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਪਿਆਰ ਬਈ ਸਤਿ ਸ੍ਰੀਕਾਲ ਸਿੰਦਰ ਸਿੰਘ ਗੁੱਡ ਮਾਰਨਿੰਗ ਸਰ ਜੀ ਵੈਰੀ ਗੁੱਡ ਮਾਰਨਿੰਗ ਜੀ ਕਿਵੇਂ ਹੋ ਸਤੰਦਰ ਸਿੰਘ ਜੀ ਹਾਂਜੀ ਅੱਗੇ ਚੱਲੀਏ ਅੰਜੂ ਕਹ ਰਿਹਾ ਹੈਗੇ ਹਾਂਜੀ ਰਿਕਾਰਡਡ ਕਲਾਸ ਰਿਕਾਰਡਡ ਕਲਾਸਾਂ ਮਿਲ ਜਾਣਗੀਆਂ ਆ ਦੇਖ ਲਓ ਮੈਂ ਤੁਹਾਨੂੰ ਮੈਂ ਆਪਣੇ ਫੋਨ ਤੇ ਖੋਲ ਕੇ ਦਿਖਾਣਾ ਮੇਰੀ ਰਿਕਾਰਡਡ ਕਲਾਸਾਂ ਕਿਵੇਂ ਖੋਲਦੇ ਹੈਗੇ ਆ ਵੀ ਦਿਖਾ ਦਿੰਦਾ ਰੁਕੋ ਤੁਹਾਨੂੰ ਖੋਲ ਨਹੀਂ ਆ ਰਹੀਆਂ ਉਹ ਗਰਾਜ ਰਿਕਾਰਡਿੰਗ ਕਲਾਸਾਂ ਪਈਆਂ ਹੈਗੀਆਂ ਉੱਤੇ मैं दस देना स्टेप बाय स्टेप दस देना करना कि कुछ करना है आडा टू फोर सैवन की एप्लीकेशन खोलोंगा आडा टू फोर सेवन की एप्लीकोशन खोल के माई कॉन्टेंट से जाए मई कॉन्टेंट कि जाना तो है परचेज जाना है देखो आई विल ट्राई कि तुम देखे माई कॉन्टेंट परचेस गए चले आई गैस दिख नहीं रहा होगा लैट मी ट्राई अगेन आ महापैक आ रहा होगा इतने महापैक जाओगे ना महापैक जाए बाद की है राजे आखो आ, आ सारिया क्लासा आ जाएगी वैसे तो देखो मेरी क्लासा पही है सिंपलीफिकेशन फर्स्ट टू सारिया पई है इतने नीचे जाऊँगे ना जिस जो भी एग्जाम फिल किया होया तो सारियाँ क्लासा मिल जाएगियां कोई टेंशन वाली गल नहीं मेरी फोटो नहीं लगी होगी हो फोटो लग जाएगी ठीक है फोटो आपे ला देंगे कोई दिक्कत वाली गल नहीं की हमें चाहे क्लासा सारिया पईं हैं कल है वाली हो सकता नहीं आई होएगी पिछलिया दोनों क्लासा पईं प्लास है, है तो आ जाएगी टेंशन ना लो चलिए चली फटाफट मारो लाइक शेयर मारो अभी सतर जने देख रहे आप क्लास की स्टार्ट करिए अच्छे कोश्चन थोड़े ज़्यादा है अज चैलेंजिंग क्वेश्चन है चैलेंजिंग क्वेश्चन का मतलब की है अपने कुछ क्वेश्चन ईजी रहेंगे बिल्कुल हलवा सवाल रहेंगे कुछ क्वेश्चन कुछ क्वेश्चन रहेंगे व लैवल द जो कि थोड़े वास्ते होएगा चैलेंज अज्ज मैं लैके आया तो वास्ते चैलेंज दो क्वेश्चन का चैलेंज हैगाते बड़े आसान क्वेश्चन है वैसे कुछ खास है नहीं तो गा तो चैलेंज देख हैगा देखते आंसर पहले कौन करेगा उनका नाम मैं अनाउंस करूँगा जोड़ा आंसर उन्होंने क्वेश्चन का पहले करूंगा मैं दसूँगा हले नहीं आने थोड़ा अगे आीक है चलिए गए लो भी लो वाहगुरु का नाम चलीएगी सतनाम वाहेगुरू चलो भी आ जाओ ਆ ਆਪਣਾ ਕੱਲ ਦਾ ਸੇਮ ਹੀ ਸੀਗਾ ਫੇਰ ਵੀ ਮੈਂ ਰਿਪੀਟ ਕਰ ਦੇਣਾ ਕਿ ਇਤਿਹਾਸ ਲਿਖਣੇ ਕੇ ਲਈ ਕਲਮ ਨਹੀਂ ਹੌਸਲੋ ਕੀ ਜ਼ਰੂਰਤ ਪੜਦੀ ਹੈ ਇਤਿਹਾਸ ਲਿਖਣਾ ਹੈ ਤਾਂ ਤੁਹਾਡੇ ਹੌਸਲੇ ਹੋਣੇ ਚਾਹੀਦੇ ਜਨੂਨ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਹੈਗਾ ਤਿੰਨੋਂ ਚੀਜ਼ਾਂ ਹੈਗੀ ਇੱਕੋ ਹੀ ਚੀਜ਼ ਦੇ ਵਜਿਹਾ ਤਾਂ ਆਪਾਂ ਕੁਝ ਵੀ ਕਰ ਸਕਦੇ ਹੈਗਾ ਇਤਿਹਾਸ ਲਿਖਾ ਜਾ ਸਕਦਾ ਹੈਗਾ ਸਾਰੇ ਜਿਹੜੇ ਜੋਬ ਲੱਗ ਸਕਦੇ ਹਾਂ ਸਤ ਤ੍ਰਿਕਾਲ ਸਾਰੇ ਨੂੰ ਪਿਆਰ ਭਰੀ ਹਾਂਜੀ ਚਾ ਲੋ ਆ ਜਾਓ ਠੀਕ ਹੈ आज तुम पता ही है डा टू फोर सैवन की एप्लीकेश नहीं डाउनलोड की तो डाउनलोड कर लो भी जाके ठीक है तो दा परिवार हैगा तो जिन्होंने अपना चैनल सबसक्राइब नहीं किया आप चैनल आपका अपना चैनल आपकी अपनी फैमिली सबसक्राइब कर लिये आइकन भी दबा दियो चलो भी आ जाओ आए पहले क्वेश्चन आज का पहला कि कल का सी कल मैं दा दे के गया तो दसो आंसर किएगा कि आंसर आया भी कल देकर गया कमेंट नहीं करते भी अचक की गल है वीडियो जो खत्म हो जाती हैगी ਤोटे ਤੁਸੀਂ ਕਮੈਂਟ ਨਹੀਂ ਕਰਦੇ ਕੀ ਗੱਲ ਆ ਇਹ ਐਕਸ ਦੋ ਲੇਕਾਂ ਨੂੰ ਹਰੇਕ ਨੂੰ 4000 ਰੁਪਏ ਵਿੱਚ ਵੇਚਦਾ ਹਰੇਕ ਨੂੰ 4000 4000 ਵਿੱਚ ਵੇਚਦਾ ਹੈਗਾ ਬਿਨਾ ਕਿਸੇ ਘਾਟਾ ਤੇ ਲੈਂਡ ਦੇਣ ਵਿੱਚ ਕੋਈ ਲਾਭ ਨਹੀਂ ਜੇਕਰ ਐਸ ਨੂੰ ਇੱਕ ਨੂੰ 25% ਲਾਭ ਤੇ ਵੇਚਿਆ ਤਾਂ ਦੂਜੇ ਨੂੰ ਕਿਨੇ ਨੁਕਸਾਨ ਤੇ ਵੇਚਿਆ ਗਿਆ ਇਹ ਪੁੱਛ ਰਿਹਾ ਹੈਗਾ ਇਹ ਪੁੱਛ ਰਿਹਾ ਹੈਗਾ राजे ਇਹ ਪੁੱਛ ਰਿਹਾ ਹੈਗਾ ਤਾਂ ਕਿੰਨਾ ਆਏਗਾ ਦੱਸੋ ਠੀਕ ਹੈ ਆ ਕੁਐਸਚਨ ਸੀਗਾ ਮੈਂ ਤੁਹਾਨੂੰ ਇੱਕ ਹੋਮਵਰਕ ਵਾਸਤੇ ਦੇ ਕੇ ਗਿਆ ਸੀਗਾ ਤਾਂ ਐਸ ਕੁਐਸਚਨ ਨੂੰ ਆਪਾਂ ਕਰਾਂਗੇ ਬਿਲਕੁਲ ਅੱਛ ਦੇ ਵਿੱਚ ਜਦੋਂ ਤੱਕ ਸਾਰੇ ਜਣੇ ਆ ਜਾਂਦੇ ਹੈਗੇ ਠੀਕ ਹੈ ਐਸ ਕੁਐਸਚਨ ਦਾ ਮੈਂ ਤੁਹਾਨੂੰ ਦਾ ਅਨਸਰ ਦੱਸ ਕੇ ਜਾਊਂਗਾ ਠੀਕ ਹੈ ਜੋ ਹੋਮਵਰਕ ਹੈਗਾ ਉਹ ਆਪਾਂ ਕੁਐਸਚਨ ਅਗਲੀ ਕਲਾਸ ਬਿਲਕੁਲ ਅੱਛ ਕਰਿਆ ਕਰਾਂਗੇ ਠੀਕ ਹੈ ਇਹ ਹੋਮਵਰਕ ਸੀਗਾ ਤੁਹਾਡੇ ਵਾਸਤੇ ਕੱਲ ਦਿੱਤਾ ਸੀਗਾ पच्ची परसेंट आया मेरा पच्ची परसेंट आएगा इस गलत है भी ठीक है करा क्वेश्चन टेंशन लो सारे जने आ जाते हैं फटाफट आप डिस्कस करके जावे तो एक क्वेश्चन तुम अज भी देख जाऊंगा कोशिश करूंगा चलो भी इस क्वेश्चन तो जो अच्छी क्लास आप स्टार्ट करते हैं कल का क्वेश्चन सगा लो दसो आंसर किएगा फटाफट दसो शबश एक सौ सठ बच्चा देख रहा है लाइक छियानवे है लाइक तो लाइव बराबर चलने चाहिए है फटाफट आदि लाइक कर दिया करो तो ढाई सौ बच्चा फटाफट जोड़ दो गुड मॉर्निंग गुड मॉर्निंग ਸ਼ਾਬਾਸ਼ ਸਹੀਜ ਗੁਨਾਮ ਹੈ ਫਾਜ਼ਿਲ ਕਵੜਾ 25% ਆਇਆ ਜੀ ਮੇਰਾ ਕੋਈ ਗੱਲ ਨਹੀਂ ਫਾਜ਼ਿਲ ਕਵੜਾ ਕਰਾਂਗੇ ਡਿਸਕਸ ਲੱਛਟ ਕਰਾਂਗੇ ਮਨਪ੍ਰੀਤ ਕੋਰ ਵੈਰੀ ਗੁੱਡ ਮਾਰਨਿੰਗ ਕਿਵੇਂ ਹੋ ਸਰ ਮੈਂ ਵਧੀਆ ਚਲੋ ਵੀ ਹੁਣ ਗੱਲਾਂ ਬਾਤਾਂ ਛੱਡ ਦੋ ਹੁਣ ਆਜੋ ਬੜਾ ਹੀ ਆਸਾਨ ਜਾਂ ਕੁਐਸਚਨ ਹੈਗਾ ਦੱਸੋ ਕਿੰਨਾ ਆਏਗਾ ਬੜਾ ਹੀ ਆਸਾਨ ਜਾਂ ਕੁਐਸਚਨ ਹੈ ਦੱਸੋ ਕਿੰਨਾ ਆਏਗਾ ਇੱਕ ਵਿਅਕਤੀ 20% ਮੁਨਾਫੇ ਦੇ ਇੱਕ ਉਤਪਾਦ ਵੇਚਦਾ ਹੈ ਜੇਕਰ ਇਸ ਨੂੰ ਜੇਕਰ ਉਸਨੇ ਇਸ ਨੂੰ 20% ਵਧ ਵਿੱਚ ਵੇਚਿਆ ਹੁੰਦਾ ਤਾਂ ਉਸ ਨੂੰ 40 ਰੁਪਏ ਹੋਰ ਦੀ ਕਮਾਈ ਹੁੰਦੀ ਦੇਖੋ ਪਹਿਲੇ ਕੀ ਕਰ ਰਿਹਾ राजे 20% ਲਾਭ ਤੇ ਵੇਚ ਰਿਹਾ ਹੈਗਾ ਤਾਂ ਇਹ ਕਹਿ ਸਕਦੇ ਹੋ ਕਿ 120% ਦੀ ਵੈਲਿਊ ਤੇ ਵੇਚ ਰਿਹਾ ਹੈਗਾ ਚਾਹੇ ਅੰਤਰ ਵੀ ਲੈ ਲਓ ਮੈਂ ਤੁਹਾਨੂੰ ਪਹਿਲੇ ਵੀ ਦੱਸ ਕੇ ਗਿਆ ਹੈਗਾ ਪਹਿਲੇ 20% ਲਾਭ ਤੇ ਵੇਚ ਰਿਹਾ ਹੈਗਾ ਮਤਲਬ 120 ਤੇ ਵੇਚ ਰਿਹਾ ਜੇਕਰ ਉਸ ਨੇ ਇਸ ਨੂੰ 20% ਵਧ ਵਿੱਚ ਵੇਚਿਆ ਹੁੰਦਾ ਮਤਲਬ ਇਹ ਤੋਂ 20% ਵਧਾ ਦਿੰਦਾ ਹੈਗਾ ਇਹ ਤੋਂ 20% ਵਧਾ ਦਿੰਦਾ ਹੈਗਾ ਤਾਂ 20% ਵਧ ਚ ਵੇਚਦਾ ਤੇ ਕਿੰਨੇ ਚ ਵੇਚਦਾ राजे 20% ਵਧ ਚ ਵੇਚਦਾ ਤੇ ਕਿੰਨੇ ਦਾ ਵੇਚਦਾ 140 ਦਾ ਵੇਚਦਾ ਪਹਿਲੇ 20% ਲਾਭ ਸੀਗਾ ਫਿਰ 20% ਹੋਰ ਲਾਭ ਲਾਭ ਕਮਾਉਂਦਾ ਤਾਂ 14 ਤਾਂ ਕਿੰਨਾ ਵਧਾਇਆ ਉਹਨੇ ਕਿੰਨਾ ਵਧਾਇਆ ਉਹਨੇ ਉਹਨੇ ਵਧਾਇਆ 20% ਤਾਂ 20% ਦੀ ਵੈਲਿਊ ਰਾਜੇ ਕਿੰਨੀ ਹੈ 20% ਦੀ ਵੈਲਿਊ 40 ਹੈ ਤਾਂ 10% ਦੀ ਵੈਲਿਊ ਕਿੰਨੀ ਹੋ ਜੇਗੀ ਇਹਨੂੰ ਅੱਧਾ ਕਰੂੰਗਾ ਉਹਨੂੰ ਅੱਧਾ ਕਰ ਦੋਗੇ 10% ਦੀ ਵੈਲਿਊ ਕਿੰਨੀ ਹੋ ਜੇਗੀ 10% ਦੀ ਵੈਲਿਊ 20% ਦੀ ਵੈਲਿਊ اگر 40 ਹੈ ਤਾਂ 10% ਦੀ ਵੈਲਿਊ ਕਿੰਨੀ ਹੋ ਜਾਏਗੀ ਰਾਜੇ 20 ਹੋ ਜਾਏਗੀ ਤਾਂ 100% ਦੀ ਵੈਲਿਊ ਕਿੰਨੀ ਹੋ ਜਾਏਗੀ 200 200 ਰੁਪਏ ਆ ਗਿਆ ਉਤਪਾਦ ਦੀ ਕੀਮਤ ਕਿੰਨੀ ਹੈਗੀ ਹੈ ਵਿਕਰੀ ਕੀਮਤ ਪੁੱਛ ਰਿਹਾ ਹੈਗਾ ਉਤਪਾਦ ਦੀ ਵਿਕਰੀ ਕੀਮਤ ਪੁੱਛ ਰਿਹਾ ਹੈਗਾ ਤਾਂ ਉਤਪਾਦ ਦੀ ਵਿਕਰੀ ਕੀਮਤ ਕਿੰਨੀ ਲਾਗਤ ਕੀਮਤ ਕਿੰਨੀ ਆ ਜਾਏਗੀ ਕੋਸਟ ਪ੍ਰਾਈਸ ਕਿੰਨਾ ਆ ਗਿਆ ਦਾ ਕੋਸਟ ਪ੍ਰਾਈਸ ਕਿੰਨਾ ਆ ਗਿਆ ਰਾਜੇ ਕੋਸਟ ਪ੍ਰਾਈਸ 200 ਆ ਗਿਆ ਠੀਕ ਹੈ ਹੁਣ ਇੱਥੇ ਵਿਕਰੀ ਕੀਮਤ ਦੀ ਗੱਲ ਕਰਿਆ ਵਟ ਵਾਸ ਦਾ ਸੇਲਿੰਗ ਪ੍ਰਾਈਸ ਆਫ ਦਾ ਪ੍ਰੋਡਕਟ देखो सैलिंग प्राइस की गल करें ना सैलिंग प्राइस दो निकलिंग प्राइस दो निकल इतने सैलिंग प्राइस लागत कीमत दो सौ रुपए है चार सौ चार सौ चार सौ आंसर कर रही है कोई दो सौ भी कर रहा है चार सौ आंसर किए कर रहे हो भी तीन चार सौ आंसर किए कर रहे हो देखो मैं तुम्हें पहले भी दसाया मैं एक होर तरीके कर दसदा है मैं तुम्हें दोनों याद तो मैं एक क्वेश्चन पहले दस के हटा कि 20% प्रॉफिट ते बेच ਰਿਹਾ ਹੈਗਾ ਉਹ ਕਹਿੰਦਾ ਅਗਰ ਉਸਨੇ ਇਸ ਨੂੰ 20% ਹੋਰ ਵਧਾ ਕੇ ਵੇਚਦਾ ਵੀ 20% ਹੋਰ ਵਧਾ ਕੇ ਵੇਚ ਦਿੰਦਾ ਹੈਗਾ ਪਹਿਲੇ ਨਾਲੋਂ ਤਾਂ 40 ਰੁਪਏ ਦੀ ਵਧ ਕਮਾਈ ਹੁੰਦੀ ਦੋਨਾਂ ਪਾਸੇ ਕੀ ਹੈ प्रॉफिट ਹੈ ਨਾ ਇੱਥੇ ਵੀ प्रॉफिट ਤੇ ਵੇਚ ਰਿਹਾ ਹੈਗਾ ਇੱਥੇ 20 प्रॉफिट ਚ ਵੇਚ ਰਿਹਾ ਹੈਗਾ ਪਹਿਲੇ 20% प्रॉफिट ਦੇ ਵਿੱਚ ਆ ਫਿਰ ਵੀ ਪਰਸੈਂਟ ਵਧਾ ਕੇ ਵਿੱਚ ਹੈ ਮਤਲਬ ਪਹਿਲੇ 20% प्रॉफिट ਦੇ ਵਿੱਚ ਆ ਬਾਅਦ ਚ ਕਿੰਨੇ ਪਰਸੈਂਟ ਦੇ ਵਿੱਚ ਆ 40% ਵਿਚਨ ਤਾਂ 20% ਵਧਾਇਆ ਨਾ ਤਾਂ 20% ਦੀ ਵੈਲਿਊ ਕਿੰਨੀ ਹੈ 40 ਹੈਗੀ ਕਿਉਂਕਿ 40 ਰੁਪਏ ਵਧ ਜਾਣੇ ਸੀਗੇ ਤਾਂ 1% 0 ਨਾਲ 0 ਕੱਟ ਦੋਗੇ ਤਾਂ 1% ਦੀ ਵੈਲਿਊ ਕਿੰਨੀ ਆ ਜਾਏਗੀ 2 ਦੋਣੀ 4 1% ਦੀ ਵੈਲਿਊ 2 ਹੈ 1 0 ਲਾਵਾਂਗੇ 10 ਦੀ ਵੈਲਿਊ 20 ਹੋਗੀ 100 ਦੀ ਵੈਲਿਊ ਕਿੰਨੀ ਹੋ ਜਾਏਗੀ 200 200 ਦੀ ਕੀ ਰਾਜੇ ਲਾਗਤ ਕੀਮਤ ਹੈ 200 ਦੀ ਕੀ ਹੈਗੀ ਹੈ ਲਾਗਤ ਕੀਮਤ ਹੈਗੀ ਹੈ ਅਗਰ 200 ਲਾਗਤ ਕੀਮਤ ਹੈਗੀ ਹੈ ਤਾਂ ਅਗਰ ਲਾਗਤ ਕੀਮਤ ਪੁੱਛੀ ਹੁੰਦੀ ਤਾਂ 200 ਅੰਸਰ ਆ ਜਾਣਾ ਸੀਗਾ

ਤੋ 200 ਦੀ ਲਾ ਕੇ ਕਿੰਨੇ ਦੀ ਵੇਚ ਰਿਹਾ ਹੈਗਾ 20% ਲਾਭ ਕਮਾ ਕੇ 240 ਦੀ ਵੇਚ ਰਿਹਾ ਹੈਗਾ ਲੋ ਆ ਐਸਪੀ ਹੈਗਾ ਸੈਲਿੰਗ ਪ੍ਰਾਈਸ ਹੈਗਾ ਆ ਸੀਪੀ ਹੈਗਾ ਜੋ ਚੀਜ਼ ਪੁੱਛੇ ਉਹਦਾ ਆਨਸਰ ਆ ਜਾਏਗਾ ਅਗਰ ਸੈਲਿੰਗ ਪ੍ਰਾਈਸ ਪੁੱਛ ਰਿਹਾ ਤਾਂ 240 ਆ ਜਾਏਗਾ ਕੋਸਟ ਪ੍ਰਾਈਸ ਪੁੱਛ ਰਿਹਾ ਤਾਂ 200 ਆ ਜਾਏਗਾ ਆ ਵਿੱਚ ਵੀ ਇਹ ਆਪਣੇ ਐਡ ਵਾਲੇ ਬਾਤ ਘੱਮ ਘੱਮ ਕਰੋ YouTube Premium for 3 months for 68 rupees ਇਹ ਐਡ ਉਹ ਨਾ ਕਰੋ ਵੀ ਆਪ ਵੀ ਚਲੋ ਵੀ ਆਜੋਗੇ ਕਿੰਨਾ ਆਏਗਾ ਲੋ ਕੇ ਇਟ ਟਰੇਡਰ ਬੋਟ ਹੈ ਇੱਕ ਵਪਾਰੀ ਇੱਕ ਵਪਾਰੀ ਨੇ ਕੁਝ ਸਮਾਨ 20000 ਰੁਪਏ ਵਿੱਚ ਖਰੀਦਿਆ ਅਤੇ ਉਹਨਾਂ ਨੂੰ 25% ਘਾਟੇ ਤੇ ਵੇਚ ਦਿੱਤਾ ਜੇ ਉਸਨੇ ਉਹਨਾਂ ਨੂੰ 24000 ਰੁਪਏ ਦਾ ਵੇਚ ਦਿੱਤਾ ਤਾਂ ਉਸ ਦਾ ਮੁਨਾਫਾ ਪ੍ਰਤੀਸ਼ਤ ਵਿੱਚ ਕਿੰਨਾ ਹੋਣਾ ਸੀ ਇੰਗਲਿਸ਼ ਵੀ ਪੜ੍ਹਨਾ ਹੈ ਪੰਜਾਬੀ ਵਿੱਚ ਵੀ ਪੜ੍ਹਨਾ ਜਿਸਟ ਕੰਫਰਟੇਬਲ ਹੋਵੇ ਉਹਦੇ ਅਕੋਰਡਿੰਗ 200 ਆਇਆ ਸੀ ਮੇਰਾ ਬਟ ਸਾਰਿਆਂ ਦਾ 400 ਅਨਸਰ ਦੇਖ ਕੇ ਮੈਂ ਅਨਸਰ ਕੀਤਾ ਨੀਗਾ ਰਾਜੇ ਦੇਖੋ ਜੋ ਤੁਹਾਡਾ ਅਨਸਰ ਆਵੇ ਤੁਸੀਂ ਉਹੀ ਕਰਨਾ ਜੋ ਤੁਹਾਡਾ ਅਨਸਰ ਆਵੇ ਤੁਸੀਂ ਉਹੀ ਅਨਸਰ ਕਰਨਾ ਹੈਗਾ ਤੁਸੀਂ ਦੇਖ ਦੂਜਿਆਂ ਨੂੰ ਦੇਖ ਕੇ ਬਦਲਣਾ ਨਹੀਂਗਾ ਠੀਕ ਹੈ 128 ਬੱਚਾ ਨੇ ਲਾਈਕ ਕੀਤਾ ਹੈਗਾ 208 ਲਾਈਵ ਨੇ ਤਾਂ ਫਿਰ ਮੈਂ ਕਲਾਸ ਅਗਰ ਮੈਂ ਨਹੀਂ ਰੋਕਣਾ ਚਾਹਾਂਗਾ ਤਾਂ ਤੁਸੀਂ ਫਟਾਫਟ ਲਾਈਕ ਕਰ ਦਿਓ ਸਾਰੇ ਜਣੇ ਵਿੱਚੋਂ ਰੁਕਾਂਗੇ ਨਹੀਂ ਬਿਲਕੁਲ ਵੀ ਦੀਪਕੋਰ ਕਰਿਆ ਰਿਪੀਟ ਕਰ ਦੋ ਦੀਪਕੋਰ ਦੇਖੋ ਵੀ ਪਹਿਲੇ 20% ਪ੍ਰੋਫਿਟ ਤੇ ਵੇਚ ਰਿਹਾ ਹੈਗਾ ਬਾਅਦ ਚ ਉਹਨੇ ਕੀ ਕੀਤਾ 20% ਪ੍ਰੋਫਿਟ ਹੋਰ ਵਧਾਤਾ ਪਹਿਲੇ 20 ਲਗਾ ਫਿਰ 40 ਕਰਤਾ ਤਾਂ ਵੇਚ ਵਾਲਾ 20% ਵਧਾਇਆ ਨਾ ਤਾਂ 20% ਦੀ ਵੈਲਿਊ ਕਿੰਨੀ ਆਏਗੀ 20% ਦੀ ਵੈਲਿਊ ਕਿੰਨੀ ਆਏਗੀ 20% ਦੀ ਵੈਲਿਊ 40 ਆਏਗੀ 10% ਦੀ ਵੈਲਿਊ 20 ਆ ਜਾਏਗੀ 100% ਦੀ ਵੈਲਿਊ 200 ਆ ਜਾਏਗੀ ਸਕਾਈ ਪਵਨ ਵੈਰੀ ਗੁੱਡ ਵੀ ਜਿੰਨੂੰ ਅਨਸਰ ਕਰ ਰਹੇ ਹੈਗੇ ਇਹਦਾ ਅਨਸਰ ਕਿੰਨਾ ਆਏਗਾ ਫਟਾਫਟ ਦੱਸੋ ਇਹਦਾ ਅਨਸਰ ਕਿੰਨਾ ਆਏਗਾ ਫਟਾਫਟ ਦੱਸੋ ਇੱਕ ਵਪਾਰੀ ਨੇ ਕੁਝ ਸਮਾਨ 20000 ਰੁਪਏ ਵਿੱਚ ਖਰੀਦਿਆ ਅਤੇ ਉਹਨਾਂ ਨੂੰ 25% ਦੇ ਘਾਟੇ ਤੇ ਵੇਚ ਦਿੱਤਾ ਠੀਕ ਹੈ ਕਿਸੇ ਨੂੰ ਵੀ ਵੇਚ ਰਿਹਾ ਹੈਗਾ 25% ਦੇ ਘਾਟੇ ਤੇ ਫਿਰ ਕਹਿ ਰਿਹਾ ਜੇ ਉਸ ਨੇ ਉਹਨਾਂ ਨੂੰ 24000 ਰੁਪਏ ਵਿੱਚ ਵੇਚਿਆ ਹੈਗਾ ਤਾਂ ਉਸਦਾ ਮੁਨਾਫਾ ਕਿੰਨਾ ਹੈਗਾ ਮੁਨਾਫਾ ਕਿੰਨਾ ਦੱਸੋ ਫਟਾਫਟ 20% 20% 20% ਹਲਵਾ ਸਵਾਲ ਇੱਕਦਮ 20% 20% 20% 20% ਆ ਗਿਆ ਨਾ ਸਾਰਿਆਂ ਦਾ ਆ ਗਿਆ ਨਾ ਸਾਰਿਆਂ ਦਾ 20% ਆ ਗਿਆ ਨਾ ਸਾਰਿਆਂ ਦਾ 20%

ਅਰੇ ਦੇਖੋ ਕਈ ਲਾਈਨਾਂ ਪਤਾ ਕੀ ਹੁੰਦੀ ਹੈਗੀ ਐਵੇਂ ਲਿਖਿਆ ਹੁੰਦੀ ਹੈਗੀਆਂ ਤਾਂ ਆਹ ਲਾਈਨ ਐਵੇਂ ਹੀ ਹੈਗੀ ਐਕਚੁਅਲ ਦੇ ਵਿੱਚ ਇਹ ਨਾ ਲਿਖੀ ਹੁੰਦੀ ਤਾਂ ਵੀ ਅਨਸਰ ਇੰਨਾ ਹੀ ਆਣਾ ਸੀਗਾ ਹੁਣ ਕਹਿ ਰਿਹਾ 20000 ਰੁਪਏ ਚ ਖਰੀਦਿਆ ਹੈਗਾ ਤੇ 24000 ਰੁਪਏ ਵਿੱਚ ਵੇਚਦਾ 20000 ਤੇ ਸਮਾਨ ਖਰੀਦਿਆ 24000 ਰੁਪਏ ਚ ਵੇਚਦਾ ਤੇ ਕਿੰਨੇ ਰੁਪਏ ਕਮਾਲੇ 4000 ਰੁਪਏ ਕਮਾਲੇ 4000 ਰੁਪਏ ਕਿਹਦੇ ਦੇ ਕਮਾਏਗਾ 20000 ਤੇ ਕਮਾਇਓ ਕਿ 20000 ਦੀ ਚੀਜ਼ ਉਹ ਲੈ ਕੇ ਆਇਆ ਸੀਗਾ ਗੁਣਾ ਚ ਕਿੰਨਾ ਆ ਗਿਆ 100 ਆ ਗਿਆ ਆ ਗਿਆ ਨਾ ਤਾਂ 3 ਜ਼ੀਰੋ ਨਾਲ 3 ਜ਼ੀਰੋ ਕੱਟਤੀ 45 सौद पाए बाओगे आंसर कि आ जाएगा भी फटाफट थम्सअप कर दो अगर आंसर आ गया हो वेरी गुड वेरी गुड बहुत राजेश शाबाश फटाफट एक बार सारे जने शेयर करो फटाफट एक बार सारे जने शेयर करो चैलेंजिंग क्वेश्चन आने वाले ने पहले आप थोड़े जो नॉर्मल क्वेश्चन है वो कर दिए खत्म कर दिए फटाफट लाइक शेयर कर दो सारे जने ढाई सौ बच्चा फटाफट जोड़ो ਕਿੰਨਾ ਆਏਗਾ ਕਿੰਨਾ ਆਏਗਾ ਫਟਾਫਟ ਦੱਸੋ ਵੀ ਆਜੋ ਕੁਐਸਚਨ ਹੈਗੇ ਨਾ ਪੀਡੀਐਫ ਪਾ ਰਹੇ ਟੈਲੀਗ੍ਰਾਮ ਤੇ ਮੈਂ ਇਹ ਚੀਜ਼ ਯਾਦ ਰੱਖੋ ਜੇ ਪੇਪਰ ਹੋਏਗਾ ਨਾ ਤਾਂ ਹੀ ਕੁਐਸਚਨ ਇਹੋ ਜਿਹੇ ਕੁਐਸਚਨ ਨਹੀਂ ਦੇਖਣ ਨੂੰ ਮਿਲਣਗੇ ਦੱਸੋ ਵੀ ਕਿੰਨਾ ਆਏਗਾ ਇੱਕ ਦੁਕਾਨਦਾਰ ਇੱਕ ਵਸਤੂ ਦੀ 800 ਰੁਪਏ ਕੀਮਤ ਦੱਸਦਾ ਹੈ 800 ਰੁਪਏ ਦੀ ਕੀਮਤ ਦੱਸ ਰਿਹਾ ਜੋ ਕਿ ਲਾਗਤ ਮੂਲ ਤੋਂ 60% ਵੱਧ ਹੈ ਮਤਲਬ ਜਿੰਨੀ ਉਹਦੀ ਲਾਗਤ ਸੀਗੀ ਨਾ ਉਸ ਤੋਂ 60% ਵਧਾ ਕੇ ਦੱਸ ਰਿਹਾ ਹੈ ਵਿਨਿਸ਼ਾਨ ਬਧ ਕੀਮਤ ਤੇ 25% ਦੀ ਛੂਟ ਦਿੰਦਾ ਤਾਂ ਉਸ ਦਾ ਮੁਨਾਫਾ ਪ੍ਰਤੀਸ਼ਤ ਵਿੱਚ ਕਿੰਨਾ ਹੈਗਾ ਫਟਾਫਟ ਆਨਸਰ ਕਰੋ ਕਿੰਨਾ ਆਏਗਾ ਸ਼ਾਬਾਸ਼ ਵੀ ਦਬਕੇ ਲਾਈਕ ਸ਼ੇਅਰ ਮਾਰ ਦਿਓ ਸਾਰੇ ਜਣੇ ਦਬਕੇ ਲਾਈਕ ਸ਼ੇਅਰ ਮਾਰ ਦਿਓ ਸਾਰੇ ਜਣੇ ਜਿਹਨੇ ਲਾਈਕ ਸ਼ੇਅਰ ਨਹੀਂ ਕੀਤਾ ਹੈਗਾ ਫਟਾਫਟ ਲਾਈਕ ਸ਼ੇਅਰ ਕਰ ਦਿਓ ਫਟਾਫਟ 250 ਦੇ ਨੇੜੇ ਕਰ ਦਿਓ 250 ਬੱਚਾ ਫਟਾਫਟ ਜੋੜ ਲਓ ਟੈਲੀਗ੍ਰਾਮ ਗਰੁੱਪ ਹੈਗਾ ਗੁਰਪ੍ਰੀਤ ਸੰਧੂ ਮੈਥਸ ਬਾਈ ਅੰਕੂ ਸਰ ਲਿਖੋਗੇ ਨਾ ਜਾ ਕੇ ਆ ਜੂਗਾ ਮੈਂ ਫਿਰ ਵੀ ਰਿਪੀਟ ਕਰ ਦੇਣਾ ਕਿ ਮੈਥਸ ਬਾਈ ਅੰਕੂ ਸਰ ਮੈਥਸ ਬਾਈ अंकुश सर आ लिखोगे ना राजू उठते आ जाएगा ऑलमोस्ट 500 600 ਬੱਚਾ ਜੁੜ ਚੁੱਕਿਆ ਹੈਗਾ ਟੈਲੀਗ੍ਰਾਮ ਤੇ ਸਾਰੇ ਜੋੜ ਦੋ ਸਾਰਾ ਜੋ ਵੀ ਪੜਾਈ ਦਾ ਕੰਟੈਂਟ ਹੁੰਦਾ ਹੈਗਾ ਜੋ ਵੀ ਸਾਰਾ ਪੜਾਈ ਦਾ ਕੰਟੈਂਟ ਹੁੰਦਾ ਹੈਗਾ ਆ ਰੈਡੀ ਆ ਰੈਡੀ ਟੈਲੀਗ੍ਰਾਮ ਜੋ ਵੀ ਸਾਰਾ ਪੜਾਈ ਦਾ ਕੰਟੈਂਟ ਹੁੰਦਾ ਤੈਨੂੰ ਉੱਥੇ ਜਾ ਕੇ ਮਿਲ ਜੂਗਾ ਚੱਲੀ ਅੱਗੇ 20% 20% 20% ਠੀਕ ਹੈ ਦੇਖ ਲਓ ਰਾਜੇ ਆਜੋ 800 ਰੁਪਏ ਕੀਮਤ ਦੱਸ ਰਿਹਾ ਹੈਗਾ ਉਹ ਕਹਿੰਦਾ ਦੱਸ ਰਿਹਾ ਨਾ ਐਮ ਆਰ ਪੀ ਹੈ ਐਮ ਆਰ ਪੀ 800 ਰੁਪਏ ਹੈ ਠੀਕ ਹੈ 800 ਰੁਪਏ ਕੀਮਤ ਦੱਸਦਾ ਜੋ ਲਾਗਤ ਨੂੰ ਬਲ ਤੋਂ 60% ਵੱਧ ਹੈ ਜੋ ਲਾਗਤ ਹੈ ਨਾ ਉਹਦੀ ਉਸ ਤੋਂ 60% ਵੱਧ ਹੈ ਜੋ ਲਾਗਤ ਹੈ ਉਹਦੀ ਉਸ ਤੋਂ 60% ਵੱਧ ਹੈ ਠੀਕ ਹੈ ਤਾਂ ਲਾਗਤ ਉਹਨੇ ਚੀਜ਼ ਵੇਚ ਸਕਦਾ ਹੈਗਾ ਦੇਖੋ ਇੱਕ ਤਾਂ ਉਹਦਾ ਫ੍ਰੈਕਸ਼ਨ ਵਾਲਾ ਤਰੀਕਾ 60% ਨੂੰ ਆਪਾਂ ਕਿੰਨਾ ਲਿਖਦੇ ਹਾਂ 3/5 ਲਿਖਦੇ ਹੈਗੇ ਮੰ ਲੋ 5 ਰੁਪਏ ਦੀ ਚੀਜ਼ ਹੈਗੀ ਤਾਂ ਕਿੰਨਾ ਦੱਸ ਰਿਹਾ 3 ਰੁਪਏ ਵਧਾ ਕੇ ਦੱਸ ਰਿਹਾ ਹੈਗਾ 8 ਰੁਪਏ ਦੱਸ ਰਿਹਾ ਅਗਰ 5 ਰੁਪਏ ਦੀ ਚੀਜ਼ ਹੈਗੀ ਹੈ ਉਹ 3 ਰੁਪਏ ਵਧਾ ਕੇ ਦੱਸ ਰਿਹਾ ਉਹ ਦੱਸ ਰਿਹਾ 8 ਰੁਪਏ ਤਾਂ 8 ਦੀ ਵੈਲਿਊ ਕਿੰਨੀ ਦੱਸ ਰਿਹਾ 100 ਦੱਸ ਰਿਹਾ 8 ਦੀ ਵੈਲਿਊ 800 ਤਾਂ 5 ਦੀ ਵੈਲਿਊ ਕਿੰਨੀ ਆ ਜੇਗੀ 500 ਆ ਜੇਗੀ ਮਤਲਬ ਉਹਦੀ ਲਾਗਤ ਕਿੰਨੀ ਸੀਗੀ 500 ਰੁਪਏ ਸੀ ਮਤਲਬ ਉਹਦਾ ਸੀਪੀ ਕਿੰਨਾ ਹੈਗਾ 500 500 ਰੁਪਏ ਹੈਗਾ ਕੋਸਟ ਪ੍ਰਾਈਸ ਲਾਗਤ ਕੀਮਤ ਉਹਦੀ ਰਾਜੇ ਕਿੰਨੀ ਹੈ 500 ਰੁਪਏ ਦੀ ਲਾਗਤ ਕੀਮਤ ਹੈ ਫਿਰ ਉਹ ਨਿਸ਼ਾਨ निशानबद्ध कीमत कि होगी एमआरपी हो गया जो लिखा होगा जो लिखा वो कीमत होगी लिखिया होना अठ सौ अठ सौ से कि छूट दे रहा राजे अठ सौ से छूट दे के पच्ची प्रसेंट की छूट दे रहा पच्ची प्रसेंट होंगे एक बटा चार चौथाई तो सौ मतलब कि आजगा दो सौ रुपए दो सौ रुपए की छूट दे के बेचती तो वह सैलिंग प्राइस कि आ जाएगा सैलिंग प्राइस आ जाएगा छह सौ रुपए बोलो ऐनी गल क्लीयर है बोलो ऐनी गल क्लीयर है थम्सअप कर दो फटाफट बट। गुरप्रीत हांडा कह रहे हैं कि कॉन्सटेबल का प्रॉफिट एंड लॉस शुरू कर दो प्रॉफिट एंड लॉस का सेम ही होंगे टॉपिक कोई चीजा नहीं बदल दिया लैवल फर्क पै जाता है तो कॉन्सटेबल वाले भी पढ़ सकते हैं पटवारी वाले भी पढ़ सकते एस आई वाले भी पढ़ सकते कोई भी है सारे पढ़ सकते फटाफट पूनम पूनमरा कह रहे गुड मॉर्निंग वेरी गुड मॉर्निंग भी जो नवे जुड़े हैं फटाफट लाइक शेयर कर दो क्लियर 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 है 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 फटाफट दस दो क्लियर है क्लियर है वेरी वेरी गुड गुड दीप कौर प्रिया कंबोज राहुल राजपूत ओके हुन देख लो 500 ਰੁਪਏ ਦੀ ਚੀਜ਼ ਉਹਨੇ 600 ਰੁਪਏ ਦੀ ਵੇਚਤੀ ਤਾਂ 100 ਰੁਪਏ ਕਮਾ ਲੇ 100 ਰੁਪਏ ਦੀ ਕੁੰਡੀ ਲਾ ਗਿਆ ਕਿਨੇ ਤੇ ਲਾ ਗਿਆ 500 ਤੇ ਗੁਣਾ ਚ 100 ਠੀਕ ਹੈ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟ ਗਈਆਂ ਹੈਗੀਆਂ 5 ਨੂੰ 100 ਤੇ ਕਟੋਂਗੇ ਤਾਂ ਕਿੰਨਾ ਆ ਜਾਏਗਾ 20% ਆਨਸਰ ਆ ਜਾਏਗਾ 20% ਆਨਸਰ ਆ ਜਾਏਗਾ ਮੀ ਰਿਪੀਟ ਕਰ ਦੇਣਾ ਕੋਈ ਗੱਲ ਨਹੀਂ ਦੇਖੋ 800 ਰੁਪਏ ਕੀਮਤ ਦੱਸਦਾ ਹੈ ਜੋ ਕਿ ਲਾਗਤ ਮੁੱਲ ਤੋਂ 60% ਵਧਾ। ਲਾਗਤ ਮੁੱਲ ਜਿੰਨਾ ਹੁੰਦਾ 60% ਵਧਾ। 60% ਕਿੰਨਾ ਹੁੰਦਾ 3/5 ਹੁੰਦਾ ਤੁਹਾਨੂੰ ਪਤਾ। ਮਤਲਬ ਲਾਗਤ ਅਗਰ 5 ਤਾਂ 3 ਵਧਾ ਕੇ ਦੱਸ ਰਿਹਾ ਉਹ ਦੱਸ ਰਿਹਾ 8। 8 ਦੀ ਵੈਲਿਊ ਕਿੰਨੀ 800 ਤਾਂ 5 ਦੀ ਵੈਲਿਊ ਕਿੰਨੀ 500 ਰੁਪਏ। 500 ਰੁਪਏ ਕੀ ਹੈ ਲਾਗਤ ਹੈ। 500 ਰੁਪਏ ਕੀ ਉਹਦੀ ਲਾਗਤ ਹੈ। ਹੁਣ ਕੀ ਕਹਿ ਰਿਹਾ ਹੈਗਾ 25% ਦੀ ਛੂਟ ਦਿੰਦੇ। 25% ਦੀ ਛੂਟ ਐਮ ਆਰ ਪੀ ਦੀ ਹੁੰਦੀ ਹੈ। ਛੂਟ ਹਮੇਸ਼ਾ ਐਮ ਆਰ ਪੀ ਦੇ ਹੋएगी ਇਹ ਚੀਜ਼ ਧਿਆਨ ਚ ਰੱਖਿਓ। 4 ਨੂੰ 800 ਦੇ ਘਟੋ ਕਿੰਨਾ ਆ ਜੂਗਾ 200 200 ਵਾਲੀ ਛੁੱਟ ਦਿੱਤੀ 600 ਦਾ ਵੇਚ ਦਿੱਤਾ 500 ਵਾਲੀ ਚੀਜ਼ 600 ਦੀ ਵੇਚਤੀ 100 ਰੁਪਏ ਕਮਾ ਲੇ 500 ਤੇ ਗੁਣਾ ਚ 100 ਕਿੰਨਾ ਆ ਜਾਏਗਾ ਕਿੰਨਾ ਆ ਜਾਏਗਾ 20% ਅਨਸਰ ਆ ਜਾਏਗਾ ਦੀਪਕੌਰ ਵੈਰੀ ਗੁੱਡ ਵੈਰੀ ਗੁੱਡ ਸੁਕਿਰਤਕੌਰ ਓਕੇ ਚਲੋ ਵੀ ਚਾਰਤਾਰੀ ਬੀਟ ਵੀ ਚੱਲੀ ਅੱਗੇ ਆ ਦੋ ਆ ਦੋ ਸ਼ਾਬਾਸ਼ ਵੀ ਦੱਸੋ ਅਨਸਰ ਕਿਹੜਾ ਹੋ ਕਿਹਦਾ ਹੋਗਾ ਪਹਿਲੇ ਹਾਂਜੀ ਹਾਂਜੀ ਕਲੀਅਰ 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 ਓਕੇ ਚਲੋ ਵੀ ਦੱਸੋ ਕਿੰਨਾ ਅਨਸਰ ਆਏਗਾ ਇੱਕ ਆਦਮੀ 500 ਰੁਪਏ ਵਿੱਚ ਇੱਕ ਵਸਤੂ ਖਰੀਦਾ ਹੈ ਅਤੇ ਇਸ ਨੂੰ 20% ਦੇ ਲਾਭ ਵਿੱਚ ਵੇਚਦਾ ਹੈ ਫਿਰ ਇਸ ਨੂੰ 10% ਦੀ ਛੂਟ ਤੇ ਵਾਪਸ ਖਰੀਦਾ ਹੈ ਅਤੇ ਇਸ ਨੂੰ 25% ਦੇ ਲਾਭ ਤੇ ਦੁਬਾਰਾ ਵੇਚਦਾ ਹੈਗਾ ਕਮਲਾ ਹੋ ਗਿਆ ਕਦੇ ਚੀਜ਼ ਦੇ ਦਿੰਦਾ ਹੈ ਕਦੇ ਵਾਪਸ ਲੈ ਲੈਂਦਾ ਹੁਣ ਮੰਨ ਲਓ ਕੋਈ ਵੀ ਚੀਜ਼ ਐ ਮੈਂ ਤੁਹਾਨੂੰ ਦੇਤੀ ਫਿਰ ਕਹ ਦੂੰ ਕਿ ਵਾਪਸ ਦੇ ਦੇ ਫਿਰ ਫਿਰ ਵੇਚ ਰਿਹਾ ਹੈਗਾ ਤਾਂ ਜੋ ਪ੍ਰੋਫਿਟ ਹੋਏਗਾ ਨਾ ਉਹ ਸਟਾਰਟਿੰਗ ਦੇ ਪ੍ਰਾਈਸ ਤੋਂ ਹੋਏਗਾ ਜੋ ਪਹਿਲੇ ਵਾਲਾ ਪ੍ਰਾਈਜ਼ ਹੈਗਾ ਨਾ ਉਸ ਤੋਂ ਹੀ ਗਿਣਾ ਜਾਏਗਾ ਪ੍ਰੋਫਿਟ ਕਲੀਅਰ ਹੈ ਕੰਡਵਾਂ ਅਨਸਰ ਫਟਾਫਟ ਲਾਈਕ ਸ਼ੇਅਰ ਕਰੋ 223 ਬੱਚਾ ਦੇਖ ਰਿਹਾ ਇਸ ਟਾਈਮ ਤੇ ਲਾਈਵ ਤੇ ਫਟਾਫਟ ਆਨੂੰ 300 ਦੇ ਆંકੜੇ ਦੇ ਨੇੜੇ ਲਾ ਦੋ ਆਪਣੇ ਸਵੇਰ ਵਾਲੀ ਕਲਾਸ ਚ 250 ਬੱਚਾ ਹੁੰਦਾ ਹੈਗਾ ਮੈਂ ਇਹ ਚਾਹਾਂਗਾ ਕਿ ਵੱਧ ਤੋਂ ਵੱਧ ਬੱਚਾ ਜੁੜੇ ਤੇ ਵੱਧ ਤੋਂ ਵੱਧ ਪ੍ਰੋਫਿਟ ਲੈ ਕੇ ਜਾਵੇ ਫਟਾਫਟ ਲਾਈਕ ਸ਼ੇਅਰ ਕਰ ਦਿਓ ਸਾਰੇ ਜਣੇ ਵੀ 35% ਕੇਰੇ ਸਕਾਈ ਪਵਨ ਚਿੰਦਰ ਸਿੰਘ ਕੇਰੇ 40% ਕਮਲਦੀਪ 40 चाली पैंती दो आंसर आ है फादल का गया था। वर्मा है वर्मा रहे हैं फाजिलका पैंती चाह रित अंकित रावत पैंती गुरप्रीत कह रहा पैंती रितु वर्मा कह रहे पैंती चाली अभित शर्मा पैंती गुड मॉर्निंग वेरी गुड मॉर्निंग भी वेरी गुड मॉर्निंग कमल लाहौरिया है पैंती 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 आंसर दीप कौर पैंती वेरी गुड शाबाश आह होंगी देखो ਜਿੰਨੇ ਵੀ ਬੱਚੇ ਜੁੜੇ ਹੋਏ ਹਨ ਮੇਰੇ ਨਾਲ ਜਿੰਨੇ ਵੀ ਬੱਚੇ ਹੈਗੇ ਜੋ ਰਾਤ ਵਾਲੀ ਕਲਾਸ 5 600 ਬੱਚਾ ਹੁੰਦਾ ਇੱਥੇ ਹੈਗਾ ਕੋਈ ਮਿਕਸ ਵੀ ਹੋਏਗਾ ਜਿੰਨੇ ਬੱਚੇ ਜੁੜੇ ਹੋਏ ਹੈਗੇ ਨਾ ਜਦੋਂ ਵੀ ਪੇਪਰ ਦੇ ਕੇ ਆਉਂਗੇ ਨਾ ਸਾਰਿਆਂ ਨਾਲ ਅਲੱਗ ਦਿਖੋਗੇ ਇਹ ਚੀਜ਼ ਦਾ ਮੇਰਾ ਵਾਅਦਾ ਹੈ ਸਾਰਿਆਂ ਨਾਲ ਅਲੱਗ ਦਿਖੋਗੇ ਕਿ ਹਾਂ ਐਕਚੁਅਲ ਜਿਸੀਂ ਕੁਝ ਕਰਕੇ ਆਏ ਹੈਗੇ ਆ ਬਾਹਰ ਕਈ ਤਰ੍ਹਾਂ ਮੂਲਟਕਾ ਕੇ ਆਣਗੇ ਵੀ ਉਹ ਚ ਜਾਨੀ ਉੱਥੇ ਜਦ ਵੈਸੇ ਹੁਣ ਵੀ ਨਹੀਂ ਦਿੰਦੇਗੇ ਵੀ ਵਿਲ ਟ੍ਰਾਈ ਮਾਈ ਬੈਸਟ ਵੀ ਵਿਲ ਟ੍ਰਾਈ ਆਰ ਬੈਸਟ ਮਤਲਬ ਅਸੀਂ ਆਪ ਦਾ ਸਭ ਪੰਜਾਬ ਵੱਡਾ ਦੀ ਪੂਰੀ ਪੂਰੀ ਟੀਮ ਤੁਹਾਡੇ ਨਾਲ ਦਿਨ ਰਾਤ ਜੁੜ ਤੁਸੀਂ ਜਦੋਂ ਵੀ ਪੇਪਰ ਦੇ ਕੇ ਬਾਹਰ ਨਿਕਲੋਗੇ ਨਾ ਕਿਤੇ ਵੀ ਤੁਹਾਡਾ ਸੈਂਟਰ ਹੋਊਗਾ ਤੁਹਾਡੇ ਤੇ ਤੇ ਇੱਕ ਸਮਾਈਲ ਹੋਣੀ ਚਾਹੀਦੀ ਹੈਗੀ ਹਾਂ ਜੀ ਬਹੁਤ ਵਧੀਆ ਹੋਇਆ ਚਲਿਏ ਅੱਗੇ ਆਜੋ 500 ਰੁਪਏ ਵਿੱਚ ਇੱਕ ਵਸਤੂ ਖਰੀਦਦਾ ਹੈ ਆ 500 ਰੁਪਏ ਸੀਪੀ ਹੈ ਉਹਨੇ 500 ਦੀ ਖਰੀਦੀ ਹੈ ਜੋ ਵੀ ਪ੍ਰੋਫਿਟ ਐਂਡ ਲਾਸ ਜੋ ਵੀ ਪ੍ਰੋਫਿਟ ਜਾਂ ਲਾਸ ਹੋਏਗਾ ਉਹ ਐਸਟੇ ਹੋਏਗਾ 500 ਤੇ ਹੋਏਗਾ ਕਲੀਅਰ ਹੈ ਹੁਣ ਅੱਗੇ ਕੀ ਕਹਿ ਰਿਹਾ ਅਤੇ ਇਸ ਨੂੰ 20% ਦੇ ਲਾਭ ਤੇ ਵੇਚ ਦਿੰਦਾ ਹੁਣ ਦੇਖੋ ਥੋੜੀ ਜੀ ਪਰਸੈਂਟੇਜ ਤੇ ਆਪਦੀ ਵਧੀਆ ਪਕੜ ਬਣਾਓ ਰਾਜੇ ਥੋੜੀ ਜੀ ਪਰਸੈਂਟੇਜ ਦੀ ਵੜੀਆ ਕਲਾਸਰ 8 ਵਜੇ ਕਲਾਸ ਹੁੰਦੀ ਹੈ ਮੈਂ ਹਾਂਜੀ ਬਿਲਕੁਲ ਰਾਤੀ 8 ਵਜੇ ਹੁੰਦੀ ਹੈ ਕਨਸਟੇਬਲ ਵਾਲੇ ਦੀ ਠੀਕ ਹੈ ਹੁਣ 20% ਦੇ ਲਾਭ ਤੇ ਵੇਚਦਾ ਹੈ ਤਾਂ 20% ਦੇ ਲਾਭ ਤੇ ਵੇਚਦਾ ਹੈਗਾ ਥੋੜੀ ਜੀ ਪਰਸੈਂਟੇਜ ਤੇ ਪ੍ਰਗਟ ਬਣਾ ਲੋ ਰਾਜੇ 5210 5210 100 ਰੁਪਏ ਦਾ ਲਾਭ ਹੋ ਜਾਏਗਾ ਤਾਂ ਕਿੰਨੇ ਦੀ ਵੇਚਦਾ 600 ਦੀ ਵੇਚਦਾ ਹੈ ਫਿਰ ਅਗੇ ਕੀ ਕਹਿ ਰਿਹਾ ਫਿਰ ਇਸ ਨੂੰ 10% ਦੀ ਛੂਟ ਤੇ ਵਾਪਸ ਖਰੀਦ ਲੈਂਦਾ ਹੈ ਆਹ ਬੰਦੇ ਕੋਲ ਪਹੁੰਚ ਗਈ 600 ਦੀ ਹੁਣ ਉਹ ਵਾਪਸ ਲੈਣ ਆ ਗਿਆ ਇਹਦੇ ਤੇ 10% ਦੀ ਛੂਟ ਤੇ 10% ਦੀ ਛੂਟ ਦੇਤੀ ਇਨੇ 10% ਦੀ ਛੂਟ ਦੇਵੇਗਾ 10% 600 ਦਾ ਕਿੰਨਾ ਹੋਏਗਾ 60 ਹੋਏਗਾ ਨਾ ਮਤਲਬ 60 ਘਟਾ ਦੋਗੇ 540 ਹੁਣ 540 ਦੀ ਉਹ ਵਾਪਸ ਲੈ ਗਿਆ 540 ਦੀ ਉਹ ਵਾਪਸ ਲੈ ਗਿਆ ਹੈਗਾ ਫਿਰ ਕੀ ਕਰਦਾ ਹੈਗਾ ਅਤੇ ਇਸ ਨੂੰ 25% ਦੇ ਲਾਭ ਤੇ ਦੁਬਾਰਾ ਵੇਚ ਦਿੰਦਾ ਹੈਗਾ ਕਮਲਾ ਹੋ ਰੱਖਿਆ ਹੈਗਾ ਕਦੇ ਲੈ ਜਾਂਦਾ ਕਦੇ ਲਿਆਉਂਦਾ ਹੈਗਾ ਹੁਣ 540 ਤੇ ਕੀ ਕੱਢ ਰਿਹਾ ਰਾਜੇ ਫਿਰ 25% ਦੇ ਲਾਭ ਤੇ ਕੋ ਤੀਜੇ ਬੰਦੇ ਨੂੰ ਵੇਚ ਰਿਹਾ ਕਿਸੇ ਨੂੰ ਵੀ ਵੇਚ ਰਿਹਾ ਇਹਨੇ ਦੇ 25% ਦਾ 540 ਦਾ 25% ਕਿੰਨਾ ਆਏਗਾ 540 ਦਾ 25% राजे ਹੁੰਦਾ 1/4 ਚੌਥਾ ਹਿੱਸਾ ਕਟੋਗੇ ਕਿੰਨਾ ਆ ਜਾਏਗਾ 4-1=3 14 4*3=12 135 135 ਆ ਜਾਏਗਾ ਨਾ ਹੁਣ 135 ਰੁਪਏ ਦਾ ਲਾਭ ਕਮਾਇਆ ਨੇ ਇਹਦੇ ਤੇ ਤਾਂ 135 ਜੋੜੋਗੇ ਇਹਦੇ ਚ ਕਿੰਨਾ ਆ ਜਾਏਗਾ 675 ਆ ਜਾਏਗਾ ਠੀਕ ਹੈ 675 ਫਾਈਨਲ ਚ ਉਹਨੇ 베ਚਤੀ 675 ਉਹਨੇ ਫਾਈਨਲ 베ਚਤੀ 500 ਜੀ ਲੈ ਕੇ ਆਏ ਸੀ ਪਹਿਲੇ 20% ਦੇ ਲਾਭ ਤੇ 베ਚੀ 600 ਦੀ 베ਚਤੀ ਫਿਰ ਕੀ ਕੀਤਾ 10% ਦੇ ਛੂਟ ਤੇ ਵਾਪਸ ਖਰੀਦ ਲਈ ਤਾਂ 10% ਹੋ ਗਿਆ 60 ਡਿਸਕਾਊਂਟ 540 ਦੀ ਖਰੀਦ ਲਈ ਫਿਰ ਕੀ ਕਰ ਰਿਹਾ 25% ਦੇ ਲਾਭ ਤੇ ਦੁਬਾਰਾ ਵੇਚ ਰਿਹਾ ਹੈਗਾ ਤਾਂ ਉਹਨੂੰ ਟੋਟਲ ਪ੍ਰੋਫਿਟ ਕਿੰਨਾ ਹੋਇਆ ਰਾਜੇ ਇਹ ਦੇਖ ਲਓ 175 ਰੁਪਏ ਦਾ ਹੋਇਆ 500 ਰੁਪਏ ਦੀ ਲਈ ਸੀ 675 ਫਾਈਨਲ ਤਾਂ 175 ਰੁਪਏ ਬਣ ਗਏ ਉਹਨੂੰ 500 ਤੇ ਗੁਣਾ ਚ 100 ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟੀਆਂ ਗਈਆਂ 175 ਦਾ ਪੰਜ ਤੇ ਭਾਗ ਕਰਾਂਗੇ ਆਨਸਰ ਕਿੰਨਾ ਆ ਜਾਏਗਾ ਆਨਸਰ ਆ ਜਾਏਗਾ 35% ਅਰੇ ਆਪਸ਼ਨ 'ਚ ਹੀ ਨਹੀਂ ਹੈ ਕੋਈ ਗੱਲ ਨਹੀਂ 35% will be the right answer कोई गल थर्टी फाइव परसेंट विल बी द राइट आंसर क्लीयर है क्लीयर है क्लियर है क्लियर है क्लियर है क्लियर है कोई डाउट किसी का कोई डाउट ਕੋਈ ਡਾਊਟ ਕਿਸੇ ਦਾ ਰਾਜੇ ਫਟਾਫਟ ਸ਼ੇਅਰ ਮਾਰੋ ਫਟਾਫਟ ਸ਼ੇਅਰ ਮਾਰੋ ਜਿਨ੍ਹਾਂ ਨੇ ਸ਼ੇਅਰ ਨਹੀਂ ਕੀਤਾ ਤਾਂ ਫਟਾਫਟ ਸ਼ੇਅਰ ਕਰ ਦਿਓ ਫਟਾਫਟ ਸ਼ੇਅਰ ਕਰ ਦਿਓ चलिए गए चलिए गए क्लियर 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 ਕਲੀਅਰ ਹੈ ਕਲੀਅਰ ਹੈ ਕੋਈ ਡਾਊਟ ਨੋ ਡਾਊਟ ਨੋ ਡਾਊਟ ਰਿਪੀਟ ਅਲੀਗੇਸ਼ਨ ਵੀ ਲੱਗ ਸਕਦਾ ਬਿਲਕੁਲ ਲੱਗ ਸਕਦਾ ਜੀ ਬਿਲਕੁਲ ਲੱਗ ਸਕਦਾ ਹੈਗਾ ਬਹੁਤ ਤਰੀਕੇ ਨਾਲ ਹੋ ਸਕਦਾ ਬਹੁਤ ਤਰੀਕੇ ਨਾਲ ਹੋ ਸਕਦਾ ਹੈਗਾ ਬਟ ਜੋ ਇਨੀਸ਼ੀਅਲ ਉਹਦਾ ਪ੍ਰੋਪਰ ਪ੍ਰੋਫਿਟ ਹੈਗਾ ਪ੍ਰੋਪਰ ਪ੍ਰੋਫਿਟ ਕਿੰਨਾ ਹੋਏਗਾ 100 ਬੰਨੇ ਆ ਵੀ 100 ਕਿਹੜਾ ਆ ਗਿਆ 100 ਕਿੱਥੇ ਹੈਗਾ ਕਲੀਅਰ ਅੱਗੇ ਚੱਲੀਏ ਅੱਗੇ ਚੱਲੀਏ ਅੱਗੇ ਚੱਲੀਏ ਅੱਗੇ ਸ਼ਾਬਾਸ਼ ਆਜੋ ਦੱਸੋ ਕਿੰਨਾ ਆਏਗਾ ਫਟਾਫਟ ਦੱਸੋ ਆਨਸਰ ਕਿੰਨਾ ਆਏਗਾ ਵੀ ਫਟਾਫਟ ਦੱਸੋ ਕਿੰਨਾ ਆਏਗਾ 230 ਬੱਚੇ ਦੇਖ ਰਿਹਾ ਵੀ ਫਟਾਫਟ ਲਾਈਕ ਸ਼ੇਅਰ ਮਾਰ ਦਿਓ ਜਿਨ੍ਹਾਂ ਨੇ ਲਾਈਕ ਸ਼ੇਅਰ ਨਹੀਂ ਕੀਤਾ ਹੈਗਾ ਫਟਾਫਟ ਲਾਈਕ ਸ਼ੇਅਰ ਕਰ ਦਿਓ ਇੱਕ ਵਿਅਕਤੀ 800 ਰੁਪਏ ਹਰੇਕ ਵਿੱਚ ਦੋ ਚੀਜ਼ਾਂ ਖਰੀਦਾ ਹੈ ਦੋ ਆਟ ਇੱਕ ਦੋ ਕੁਰਸੀਆਂ ਲਈਆ ਦੋਨੋਂ 8800 ਦੀ ਸੀਗੀਆਂ ਇੱਕ ਨੂੰ 20% ਦੇ ਮੁਨਾਫੇ ਤੇ ਦੂਜੇ ਨੂੰ 20% ਦੇ ਘਾਟੇ ਦੇ ਵੇਚਦਾ ਹੈ ਉਸ ਦਾ ਲਾਭ ਜਾਂ ਘਾਟਾ ਕਿੰਨਾ ਹੋਏਗਾ ਗੁਰਪ੍ਰ ਗੁਰਪ੍ਰਤਾਪ ਸਿੰਘ ਮਹਾਰ ਅਗਰ ਤੁਸੀਂ ਲਾਈਵ ਕਲਾਸ ਨਹੀਂ ਲੱਗੀ ਨਾ ਕੱਲ ਵਾਲੀ ਪੇਡ ਤਾਂ ਆ ਜਾਏਗੀ ਰਾਜੀ ਟੈਨਸ਼ਨ ਨਾ ਲੋ ਆ ਜਾਏਗੀ ਆ ਜਾਏਗੀ ਵਿਜੋਲ ਲਾਈਵ ਹੁੰਦੀ ਹੈ ਪੇਡ ਦੀ ਉਹ ਥੋੜੀ ਦੇਰ ਬਾਅਦ ਅਪਲੋਡ ਹੁੰਦੀ ਹੈਗੀ ਥੋੜੀ ਦੇਰ ਬਾਅਦ ਅਪਲੋਡ ਹੁੰਦੀ ਆ ਜਾਏਗੀ ਟੈਨਸ਼ਨ ਨਹੀਂ ਲੈਣੀ ਆ ਜਾਏਗੀ ਟੈਨਸ਼ਨ ਨਹੀਂ ਲੈਣੀ 0% ਵੀ ਕਹਿ ਰਹੇ ਹੈਗੇ ਆ ਕੋਈ 4% ਵੀ ਕਹਿ ਰਿਹਾ ਹੈਗਾ 0% 0% 0000 ਕੋਮਲਪ੍ਰੀਤ ਕੌਰ ਜੀ ਮੈਂ ਦੱਸ ਰਿਹਾ ਹੈਗਾ ਕਨਸਟੇਬਲ ਜੋ ਵਾਈਟੀ ਤੇ ਹੁਣ ਮੈਥ ਦੀ ਗੱਲ ਕਰ ਰਹੇ ਮੈਨੂੰ ਬਾਕੀ ਕਲਾਸਾਂ ਦੀ ਟਾਈਮਿੰਗ ਨਹੀਂ ਪਤਾ ਤੁਸੀਂ ਜਾ ਕੇ ਉਹਦੇ ਤੇ ਦੇਖ ਲਓਗੇ ਐਪਲੀਕੇਸ਼ਨ ਤੁੰਨ ਦੱਸ ਦਊਗਾ ਜੋ ਮੈਥ ਦੀ ਕਲਾਸ ਹੁੰਦੀ ਹੈ ਇਹ ਇੱਕ ਤਾਂ ਆਪਣੀ ਹੁੰਦੀ ਹੈ ਇਸ ਟਾਈਮ ਇੱਕ ਤਾਂ ਹੁੰਦੀ ਹੈ ਇਸ ਟਾਈਮ 10 ਵਜੇ ਇੱਕ ਰਾਤੀ ਹੁੰਦੀ ਕਿੰਨੇ ਵਜੇ ਰਾਤੀ ਹੁੰਦੀ ਕਿੰਨੇ ਵਜੇ ਰਾਤੀ ਹੁੰਦੀ 8 ਵਜੇ ਹੁਣ ਕਿੰਨੇ ਜਣੇ ਇਹੋ ਐ ਕਿੰਨੇ ਜਣੇ ਹੈਗੇ ਜਣੇ ਹੱਥ ਖੜਾ ਕਰੋ ਜਿਹੜੇ ਜਣੇ ਆ ਕਹਿ ਰਹੇ ਕਿ ਸਰ ਇੱਕ ਸ਼ਾਰਟਕਟ ਟ੍ਰਿਕ ਦੀ 15-20 ਮਿੰਟਾਂ ਦੀ ਇੱਕ ਕਲਾਸ ਹੋ ਜਾਏ ਤਾਂ ਮਜ਼ਾ ਆ ਜਾਏ ਕਿੰਨੇ ਜਣੇ ਹੈ ਜੋ ਐਵੇਂ ਕਹਿ ਰਹੇ ਹੈਗੇ ਆ ਕਿ ਸਰ ਸ਼ਾਰਟਕਟ ਟ੍ਰਿਕ ਦੀ ਕੋਈ ਇੱਕ ਕਲਾਸ ਹੋ ਜਾਏ 15 ਮਿੰਟ 20 ਮਿੰਟ ਦੀ ਤਾਂ ਮਜ਼ਾ ਆ ਜਾਏ ਤਾਂ ਇੱਕ ਵਾਰੀ ਹੱਥ ਖੜੇ ਕਰੋ ਤਾਂ ਫਿਰ ਆਪਾਂ ਉਹ ਵੀ ਸਟਾਰਟ ਕਰ ਲੈਂਦੇ ਆ 15-20 ਮਿੰਟ ਦੀ ਇੱਕ ਸਿਰਫ ਸ਼ੋਰ ਟ੍ਰਿਕਸ ਹੋ ਗਿਆ ਜਾਂ ਇੰਪੋਰਟੈਂਟ ਕੁਐਸਚਨ ਹੋ ਗਿਆ ਚਾਰ-ਪੰਜ ਕੁਐਸਚਨ ਸ਼ੋਰ ਟ੍ਰਿਕ ਹੋਗੀ ਇਹ ਸਾਰੀਆਂ ਚੀਜ਼ਾਂ ਦੇ ਇੱਕ 15 ਮਿੰਟਾਂ ਦੇ ਇੱਕ ਸੈਸ਼ਨ ਲਵਾਉਣੇ फटाफट ਹੱਥ ਖੜਾ ਕਰੋ ਅਗਰ ਸਾਰੇ ਜਣੇ ਤਿਆਰ ਹੈਗੇ ਕਿ ਸਰ ਲਵਾਓ ਮਜ਼ਾ ਆ ਜਾ ਜੇ ਮਜ਼ਾ ਆ ਜਾ ਜੇ ਕਿ ਹਾਂ ਲਵਾਓ ਹੱਥ ਖੜੇ ਕਰੋ ਫਟਾਫਟ ਸਾਰੇ ਜਣੇ ਲਓ ਜੀ ਲਵਾ ਦਈਏ ਫਿਰ ਲਵਾ ਦਈਏ ਫਿਰ ਬਹੁਤ ਵਧੀਆ ਦੇਖੋ ਸਾਰੇ ਤਿਆਰ ਬੈਠੇ ਹੈਗੇ ਤਾਂ 15 ਮਿੰਟਾਂ ਦੇ ਇੱਕ ਸੈਸ਼ਨ ਲੈ ਕੇ ਆ ਰਿਹਾ ਜਲਦੀ ਅੱਜ ਹੈਗਾ ਸੈਟਰਡੇ ਤਾਂ ਮੰਡੇ ਤੋਂ ਟਾਈਮਿੰਗ ਤੁਹਾਨੂੰ ਦੱਸ ਦਾਂਗੇ ਟਾਈਮ ਟਾਈਮਿੰਗ ਮੈਂ ਟੈਲੀਗ੍ਰਾਮ ਚ ਪਾ ਦੂੰਗਾ ਕਿ ਕਿੰਨੇ ਵਜੇ ਮੈਂ ਲਾਈਵ ਆਉਂਗਾ ਤਾਂ ਇੱਕ ਗੱਲ ਸੁਣ ਲਓ ਸਾਰੇ ਜਣਾਂ ਨੇ ਲਾਈਵ ਆਣਾ ਹੈਗਾ ਸਾਰੇ ਜਣਾਂ ਨੇ ਲਾਈਵ ਆਣਾ ਹੈ ਸ਼ਾਰਟਕਟ ट्रिक्स हो गया क्यूब्स हो गए स्क्वायर हो गए एंड मतलब शॉर्टकट ट्रिक्स होण गया सारी मेन जो सीधी सी गल है कि शॉर्टकट आंसर किवें करना शॉर्टकट आंसर किवें करना बिल्कुल सारे तैयार बैठे है गया ता जरूर लेके आऊंगा मजा आऊंगा पूरा उस क्लास देवेच सारी क्लासों देवेच मजा आना जुड़ना सारी क्लासों च ही हैगा मैं बारी-बारी कह रहा हैगा वो चीजों दो उथे ही होण गियां आज जाओ इथे ही होण गियां अंजू जी आ जाएगा मेरी टेंशन ना लो ਠੀਕ ਹੈ ਤਾਂ ਸਾਰਿਆਂ ਨੇ ਆਣਾ ਹੈਗਾ ਮੈਂ ਮੰਡੇ ਦੀ ਆਪਾਂ ਸੈਸ਼ਨ ਲਵਾ ਰਿਹਾ 15 ਤੋਂ 20 ਮਿੰਟਾਂ ਦਾ 15 ਮਿੰਟਾਂ ਦਾ ਹੋਊਗਾ ਤਾਂ ਉਹਦੇ ਵਿੱਚ ਕੋਈ ਗੱਲਾਂ ਗੱਲਾਂ ਨਹੀਂ ਹੋਣਗੇ ਮੈਂ ਵਾਰੀ ਵਾਰੀ ਕਹਿ ਰਿਹਾ ਹੈਗਾ ਕੋਈ ਕਮੈਂਟ ਨਹੀਂ ਹੋਣਗੇ ਸਿਰਫ ਪੜਾਂਗੇ 15 ਮਿੰਟ 15 ਮਿੰਟ ਹੋ ਹੀ ਨਜਾਰਿਆ ਨਾਲ ਬਿਲਕੁਲ ਕਰਵਾਵਾਂਗੇ ਸਾਰੀ ਜੁਨਾ ਕਰਵਾਵਾਂਗੇ ਤਾਂ ਸਾਰੇ ਜਣਾਂ ਨੂੰ ਮੈਂ ਟਾਈਮਿੰਗ ਦੱਸ ਦਊਗਾ ਟਾਈਮਿੰਗ ਕਿੱਥੇ ਦੱਸੂਗਾ ਮੈਥਸ ਬਾਈ ਅੰਕੂ ਸਰ ਜੋ ਆਪਣਾ ਟੈਲੀਗ੍ਰam ਗਰੁੱਪ ਹੈਗਾ ਟੈਲੀਗ੍ਰam ਚੈਨਲ ਹੈਗਾ ਉਹਨੇ ਚ ਮੈਂ ਮੈਸੇਜ ਪਾ ਦਊਗਾ ਤਾਂ ਸਾਰੇ ਜਣਾਂ ਨੂੰ ਟਾਈਮਿੰਗ ਮੈਸੇਜ ਪਾ ਦਊਗਾ ਤਾਂ ਮੰਡੇ ਤੋਂ ਹੀ ਆਪਾਂ ਆ ਤੋਂ ਥੋੜੇ ਵਾਸਤੇ ਹਾਂਜੀ ਪੇਡਕਾਸਟ ਤਾਂ ਤੋਂ ਪੰਨ ਹੁੰਦੀ ਗੀ ਸਰ ਜੀ ਅਸੀਂ ਟੈਲੀਗ੍ਰਾਮ ਚ ਨਹੀਂ ਹਾਂ ਪੁਨਮ ਭਰਾਣੀ ਜੀ ਜੁੜਜੋ ਜਾ ਕੇ ਮੈਚਸ ਬਾਈ ਅੰਕੁਸ਼ ਸਰ ਦਾ ਨਾਮ ਦਾ ਟੈਲੀਗ੍ਰਾਮ ਹੈਗਾ ਮੈਚਸ ਬਾਈ ਅੰਕੁਸ਼ ਸਰ ਅੱਡਾ 247 ਦਾ ਲੋਗੋ ਆ ਜਾਏਗਾ 600 ਬੱਚੇ ਉਹਦੇ অলਮੋਸਟ ਜੁੜ ਚੁੱਕੇ ਆ ਤੁਸੀਂ ਵੀ ਜਾ ਕੇ ਜੁੜਜੋ ਫਟਾਫਟ 240 ਬੱਚੇ ਹੋ ਗਏ ਹੁਣ ਤੁਹਾਡੇ ਵਾਸਤੇ ਐਨਾ ਕੁਝ ਲੈ ਕੇ ਆ ਰਿਹਾ ਤਾਂ ਫਟਾਫਟ 240 ਨੂੰ ਕਰੋ 300 ਕਰੋ ਅੱਜ ਅੱਜ 300 ਕਰੋ ਪਿਆਰ ਤੇ ਸਪੋਰਟ ਦਿਖਾਓ ਪਰ ਮੰਡੇ ਤੋਂ ਆਪਾਂ ਇੱਕ ਸੈਸ਼ਨ ਵੀ ਲਵਾ ਦਾਂਗੇ 15 ਮਿੰਟਾਂ ਦਾ ਛੋਟ ਟ੍ਰਿਕਸ ਦਾ ਠੀਕ ਹੈ ਡੈਲੀ ਚੱਲੇਗਾ ਵੀ 15-20 ਮਿੰਟਾਂ ਦਾ ਜਿੰਨਾ ਵੀ ਹੋਊਗਾ ਤਾਂ ਬੜਾ ਬੜਾ ਲਾਈਕ ਸ਼ੇਅਰ ਮਾਰ ਦਿਓ ਦੇਖੋ ਕੀ ਕਹਿ ਰਿਆ ਗਿਆ 800 ਰੁਪਏ ਦੀ ਦੋ ਚੀਜ਼ਾਂ ਖਰੀਦੀਆਂ ਹੈਗੀਆਂ ਦੇਖੋ ਰਾਜੇ 4% ਉਧੋਂ ਆਂਦਾ ਹੈਗਾ ਜਿੱਤੋਂ ਜਿਹੜੇ 4% ਅਨਸਰ ਕਰ ਰਿਹਾ ਉਹਨਾਂ ਵਾਸਤੇ ਅਗਰ ਇਹ ਤੇ ਵੇਚਦਾ ਨਾ ਫਿਰ ਆਂਦਾ 4% ਅਗਰ 800 ਰੁਪਏ ਚ ਵੇਚਦਾ ਹੈ ਨਾ ਦੋ ਚੀਜ਼ਾਂ ਕਿ ਪਹਿਲੇ ਵੀ 800 ਦੀ ਵੇਚੀ ਦੂਜੀ ਵੀ 800 ਦੀ ਵੇਚੀ ਫਿਰ ਆਪਾਂ ਜੋ 4% ਅਨਸਰ ਹੈਗਾ ਉਹ ਸਹੀ ਹੁੰਦਾ ਫਿਰ ਜੋ 4% ਅਨਸਰ ਹੈਗਾ ਨਾ ਉਹ ਸਹੀ ਹੁੰਦਾ ਹੈਗਾ ਹੁਣ ਕੀ ਕਹਿ ਰਿਆ ਹੈਗਾ ਹੁਣ ਮੰਨ ਲਓ ਤੁਹਾਡੇ ਤੇ ਟੋਡੇ ਦੇ ਗੱਲ ਹੋ ਲ ਮੇ ਕੋ ਦੋ ਚੀਜ਼ਾਂ ਹੈ ਨਹੀਂ ਠੀਕ ਹੈ ਮੰਨ ਲਓ ਆ ਵਾਚ ਆ ਗਈ ਮੇਰਾ ਚ ਕੜਾ ਹੈਗਾ ਦੋ ਚੀਜ਼ਾਂ ਹੈਗੀਆਂ ਆ ਵੀ 800 ਦਾ ਖਰੀਦਿਆ ਵੀ 800 ਦਾ ਖਰੀਦਿਆ ਅਗਰ ਇਹਦੇ ਤੇ ਮੈਂ 20% ਪ੍ਰੋਫਿਟ ਕਮਾ ਲਿਆ ਹੈਗਾ ਰੰਦੇ ਤੇ 20% ਘਾਟਾ ਖਾ ਲਿਆ ਤਾਂ ਚੀਜ਼ ਬਰਾਬਰ ਹੀ ਹੋ ਗਈ ਨਾ ਕਿਉਂਕਿ ਖਰੀਦਿਆ ਹੈਗਾ ਇੱਥੇ ਖਰੀਦਿਆ ਹੈਗਾ ਤਾਂ ਖਰੀਦਿਆ ਹੈਗਾ ਤਾਂ 0% ਹੋਏਗਾ ਵੇਚਿਆ ਹੁੰਦਾ ਫਿਰ ਅਨਸਰ ਹੋਰ ਕੁਝ ਹੋਣਾ ਸੀਗਾ ਤਾਂ ਕੋਈ ਪ੍ਰੋਫਿਟ ਨਹੀਂ ਹੋਇਆ ਕੋਈ ਲਾਭ ਨਹੀਂ ਹੋਇਆ 800 ਰੁਪਏ ਦੀ ਹਰੇਕ ਚੀਜ਼ ਖਰੀਦੀ ਸੀ ਪਹਿਲੀ ਤੇ 20% ਕਮਾ ਲਿਆ ਹੈਗਾ ਉਹੀ ਦੂਜੇ ਤੇ 20% ਦਾ ਘਾਟਾ ਲੱਗ ਫਿਰ ਇਧਰ ਹੀ ਥਾਂ ਤੇ ਅਗਰ ਵੇਚਿਆ ਹੁੰਦਾ ਨਾ ਫਿਰ ਸੀਨ ਅਲੱਗ ਹੋਣਾ ਸੀਗਾ ਇਹ ਚੀਜ਼ ਧਿਆਨ ਨਾਲ ਰੱਖੋ ਠੀਕ ਹੈ ਕਲੀਅਰ ਹੈ ਕਲੀਅਰ ਹੈ ਫਟਾਫਟ ਮਾਰੋ ਸ਼ੇਅਰ ਮਾਰੋ ਵੀ 240 50 ਬੰਦਾ ਜੋ ਵੀ ਲਾਈਵ ਹੈਗਾ ਸਾਰੇ ਜਣੇ ਇੱਕ ਵਾਰੀ ਦਬ ਕੇ ਸ਼ੇਅਰ ਮਾਰ ਦੋ ਜਿਸ ਨਾਲ ਆਪਾਂ 15 ਮਿੰਟ ਦਾ ਸੈਸ਼ਨ ਦਾ ਆਪਾਂ 20 ਮਿੰਟ ਦਾ ਕਰਾ ਸਕੀਏ 300 ਕਰੋਗੇ ਤਾਂ ਫਟਾਫਟ ਸੇ 300 ਕਰ ਦੋ ਤੇ ਲਾਈਕ ਕਰ ਦੋ ਸਾਰੇ ਜਣਾਂ ਨੇ ਲਾਈਕ ਨਹੀਂ ਕੀਤਾ ਹੈਗਾ ਬਹੁਤ ਹੀ ਇੰਟਰਸਟਿੰਗ ਚੀਜ਼ਾਂ ਲੈ ਕੇ ਆਉਂਗਾ ਤੁਹਾਡੇ ਵਾਸਤੇ ਮਜ਼ੇਦਾਰ ਚੀਜ਼ਾਂ ਜੀ ਮਜ਼ਾ ਆ ਜਾਏ ਐਕਚੁਅਲ ਤਬੀਅਤ ਕੋਸ਼ਿਸ਼ ਹੋ ਜੇਗੀ ਪੜ ਕੇ ਹੋ ਇਹ ਚੀ

ਤਾਂ ਜੋ ਬੰਦਾ ਡਿਸਕਾਊਂਟ ਦੇ ਰਿਹਾ ਹੈ ਸੇਲਸਮੈਨ ਉਹ ਕਿੰਨੇ ਪਰਸੈਂਟ ਹੈ ਜੋ ਡਿਸਕਾਊਂਟ ਦੇ ਰਿਹਾ ਰਾਜੇ ਉਹ ਕਿੰਨਾ ਪਰਸੈਂਟ ਹੈ ਫਟਾਫਟ ਦੱਸ ਦੋ ਐਡੇ ਤੇ ਆਪਾਂ ਕੁਐਸਚਨ ਕਰਾਂਗੇ ਐਡੇ ਤੇ ਆਪਾਂ ਕੁਐਸਚਨ ਕਰਾਂਗੇ ਫਟਾਫਟ ਲਾਈਕ ਸ਼ੇਅਰ ਕਰ ਦਿਓ ਸਾਰੇ ਜਣੇ ਵੀ ਬੀ 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 ਲੱਗ ਗਈ ਦੇਖੋ ਹੁਣ ਆਪਾਂ ਜਾਂਦੇ ਹਾਂ ਸ਼ੋਰੂਮ ਆਪਾਂ ਗਏ ਸ਼ੋਰੂਮ ਸ਼ੋਰੂਮ ਜਾਣੇ ਉਹਨਾਂ ਕਪੜੇ ਲੈਣ ਬ੍ਰਾਂਡਡ ਬ੍ਰਾਂਡਡ ਆਪਾਂ ਕੱਪੜੇ ਲੈਣ ਜਾਂਦੇ ਜਦੋਂ ਵੀ ਤਾਂ ਬ੍ਰਾਂਡਡ ਆਪਾਂ ਜਦੋਂ ਵੀ ਕੱਪੜੇ ਲੈਣ ਜਾਂਦੇ ਆ ਮੰਨ ਲਓ ਆਪਾਂ ਕੁਝ ਵੀ ਗਏ ਆਪਾਂ ਕਿਸੇ ਵੀ ਸ਼ੋਰੂਮ ਤੇ ਗਏ ਚੱਲੇ ਮੰਨ ਲਓ ਕੋਈ ਵੀ ਸ਼ੋਰੂਮ ਹੈਗਾ ਉੱਥੇ ਆਫਰ ਲੱਗਿਆ ਹੋਇਆ ਸੀਗਾ ਕਿ ਪੰਜ ਖਰੀਦੋ ਉਹਦੇ ਨਾਲ ਦੋ ਫਰੀ ਲੱਗੇ ਹੁੰਦੇ ਨਾ 270 ਹੋ ਗਏ ਸ਼ਾਬਾਸ਼ ਕਰਦ ਰੁਸ਼ੇਰ ਪੰਜ ਖਰੀਦੋ ਉਹਦੇ ਨਾਲ ਦੋ ਫਰੀ ਤਾਂ ਜੋ ਸ਼ੋਪ ਕੀਪਰ ਹੈ ਦੁਕਾਨਦਾਰ ਹੈ ਉਹ ਡਿਸਕਾਊਂਟ ਦੇ ਰਿਹਾ ਉਹ ਕਿੰਨੇ ਪਰਸੈਂਟ ਦਾ ਡਿਸਕਾਊਂਟ ਹੋਏਗਾ ਜੋ ਡਿਸਕਾਊਂਟ ਦੇ ਰਿਹਾ ਉਹ ਕਿੰਨੇ ਪਰਸੈਂਟ ਦਾ ਡਿਸਕਾਊਂਟ ਡਿਸਕਾਊਂਟ ਹੋਏਗਾ ਇੱਕ ਚੀਜ਼ ਧਿਆਨ ਚ ਰੱਖੋ ਅਗਰ ਕੋਈ ਵੀ ਚੀਜ਼ ਫ੍ਰੀ ਦਿੱਤੀ ਜਾ ਰਹੀ ਹੈ ਨਾ ਫ੍ਰੀ ਦਿੱਤੀ ਜਾ ਰਹੀ ਹੈ ਤਾਂ ਉਹਦਾ ਮਤਲਬ ਜੋ ਡਿਸਕਾਊਂਟ ਹੈ ਉਹ 100% ਹੋਏਗਾ ਉਹ 100% ਹਮੇਸ਼ਾ ਹੋਏਗਾ ਕਿ ਜਦੋਂ ਵੀ ਕੋਈ ਵੀ ਚੀਜ਼ ਫ੍ਰੀ ਦਿੱਤੀ ਜਾ ਰਹੀ ਹੈ ਨਾ ਉਹਦਾ ਮਤਲਬ ਉਹ ਡਿਸਕਾਊਂਟ ਕਿੰਨੇ ਪਰਸੈਂਟ ਹੈਗਾ 100% ਹੀ ਹੈਗਾ ਹੁਣ ਮੰਨ ਲਓ 100 ਵਾਲੀ ਚੀਜ਼ ਆਪਾਂ ਨੂੰ 90 ਦੀ ਦੇਤੀ ਦੁਕਾਨਦਾਰ ਨੇ ਮਤਲਬ 10% ਛੜਤਾ 100 ਵਾਲੀ ਚੀਜ਼ ਆਪਾਂ ਨੂੰ 90 ਦੀ ਦੇਤੀ ਨਾ ਹੁਣ ਇਹਦਾ ਮਤਲਬ 100% ਕਿਵੇਂ ਹੁੰਦਾ ਉਹ ਵੀ ਕਲੀਅਰ ਕਰ ਦਿੰਦਾ सौ वाली चीज़ आप सठ रुपए की देती मतलब डिस्काउंट कि चाली प्रसेंट है हम मान लो सौ वाली चीज़ तो अपने कोई रुपया नहीं लिया अपने जीरो रुपए देते अपन फ्री मिल गई मतलब राजे जो डिस्काउंट है वो डिस्काउंट, डिस्काउंट हो जाएगा राजे वो डिस्काउंट हो जाएगा सौ प्रसेंट वो डिस्काउंट हो जाएगा सौ प्रसेंट फ्री का मतलब सौ प्रसेंट डिस्काउंट ठीक क्लियर आदो आ जाओ आ जाओ दो तो तीन तरीके न कर वैसे फ्री का मतलब हंड्रड परसेंट होंगे देखो पांच ਦੁਪੰਨ ਵਸਤੂਆਂ ਦੇ ਦੁਕਾਨਦਾਰ ਨੇ ਪੂਰੇ ਪੈਸੇ ਲਏ ਐ ਕਹਿੰਦਾ 1 ਰੁਪਿਆ ਨਹੀਂ ਛੱਡੂਗਾ ਪੂਰੇ ਲਊਗਾ ਦੋ ਫ੍ਰੀ ਲੈ ਜਾ ਬੜੇ ਨਾਲ ਪੰਜ ਵਸਤੂਆਂ ਦੇ ਪੂਰੇ ਪੈਸੇ ਲਏ ਕੋਈ ਡਿਸਕਾਊਂਟ ਨਹੀਂ ਕੋਈ ਡਿਸਕਾਊਂਟ ਨਹੀਂ ਤਾਂ ਮਤਲਬ 0% ਡਿਸਕਾਊਂਟ ਤਾਂ ਪੰਜ ਦਾ 0 ਨਾਲ ਗੁਣਾ ਕਰਾਂ ਮੈਂ ਕਿੰਨਾ ਆਇਆ 0 ਦੋ ਵਸਤੂਆਂ ਦੋ ਆਰਟੀਕਲ ਫ੍ਰੀ ਦੇਤੇ ਫ੍ਰੀ ਦਾ ਮਤਲਬ ਕਿੰਨੇ ਪਰਸੈਂਟ ਡਿਸਕਾਊਂਟ ਹੈ 100% ਡਿਸਕਾਊਂਟ ਹੈ ਕਿੰਨਾ ਆ ਜਾਏਗਾ 200% ਆ ਜਾਏਗਾ ਨਾ 200% ਆ ਜਾਏਗਾ ਨਾ 200% ਆ ਜਾਏਗਾ ਨਾ ਤਾਂ ਫਿਰ ਕੀ ਹੋਏਗਾ ਦੇਖੋ ਜੋੜੋਂਗੇ ਕਿੰਨਾ ਆਏਗਾ 200% 200% ਜੋ ਉਹਨਾਂ ਨੂੰ ਮਿਲ ਰਿਹਾ ਹੈ ਡਿਸਕਾਊਂਟ ਮਿਲ ਰਿਹਾ ਉਹ ਕਿੰਨੇ ਆਰਟੀਕਲ ਟੋਟਲ ਟੋਟਲ 7 ਵਸਤੂ ਆ ਤਾਂ 200/7 ਕਰੋਗੇ ਕਿੰਨਾ ਆਨਸਰ ਆ ਜਾਏਗਾ ਹੁਣ ਮੈਂ ਪਹਿਲੇ ਵੀ ਦੱਸ ਚੁੱਕਿਆ ਹੈਗਾ ਕਿ ਅਗਰ 200/7 ਹੈ ਜਾਂ 100/7 ਹੈ ਜ਼ੀਰੋ ਨੂੰ ਪੁੱਲ ਦਿਓ ਜ਼ੀਰੋ ਨੂੰ ਪੁੱਲ ਦਿਓ ਹੁਣ ਦੇਖੋ 7 ਦਾ ਰਿਲੇਸ਼ਨ ਕਿਹਦੇ ਨਾਲ ਹੈ 14 ਨਾਲ ਹੈ 14 ਦਾ ਰਿਲੇਸ਼ਨ ਕਿਹਦੇ ਨਾਲ ਹੈ 7 ਨਾਲ ਹੈ ਯਾਦ ਰੱਖਣਾ ਹੈਗਾ ਯਾਦ ਰੱਖਣਾ ਦਿਮਾਗ 'ਚ ਪਾ ਲਓ 9 ਦਾ 11 ਨਾਲ 11 ਦਾ 9 ਨਾਲ 7 ਦਾ 14 ਨਾਲ 14 ਦਾ 7 ਨਾਲ ਐਵੇਂ 7 ਦਾ ਰਿਲੇਸ਼ਨ ਕਿਹਦੇ ਨਾਲ 14 ਨਾਲ चौदह दुना अठाई चौदह दुना अठाई आंसर कि आ जाएगा अठाई बटा चार अठाई सही चार बटा सत्त परसेंट, अठाई सही चार बटा सत्त परसेंट। क्लियर है थम्सअप करो फटाफट सारे दिन अगे चलिए, थम्सअप करो फटाफट अगे चलिए, फटाफट थम्सअप कर दो सारे दिन अगे चलिए तो फटाफट दो सौ तिहत्तर बच्चा लाइव देख रहा है दब के शेयर कर दो राजे तीन सौ टबा दो अज तीन सौ टबा दो ਮੈਰਾਥਨ ਚ ਵੀ ਸੀਗਾ ਹਾਂ ਮੈਰਾਥਨ ਚ ਵੀ ਆ ਸੀਗਾ ਇੱਕ ਸਿੰਪਲ ਕੁਐਸਚਨ ਸੀਗਾ ਇਸ ਤੋਂ ਅੱਗੇ ਹੋਰ ਵੀ ਕੁਐਸਚਨ ਹੈਗੇ ਅੱਜ ਪੇਡ ਚ ਕਲਾਸ ਨਹੀਂ ਹੋਏਗੀ ਸ਼ਨੀਵਾਰ ਸੈਟਰਡੇ ਸੰਡੇ ਆਫ ਹੋਣ ਦਾ ਵਾਕੀ ਸੈਟਰਡੇ ਕਦੇ ਲੱਗਿਆ ਵੀ ਕਰੇਗੀ ਤੁਹਾਨੂੰ ਦੱਸ ਦਾਂਗੇ ਕਿਰੇ ਚਾਹ ਪੀ ਲੋ ਸਦੀ ਹਾਂ ਚਾਹ ਦੀ ਬੜੀ ਜ਼ਰੂਰਤ ਹੈਗੀ ਵਸ ਅੱਜ ਚਾਹ ਲਓ ਵੀ ਕਲੀਅਰ ਹੈ ਕਲੀਅਰ ਹੈ ਕਲੀਅਰ ਹੈ 200 7 ਨਾ ਸਧਾਰਨ ਰਿਲੇਸ਼ਨ ਚੋਦ ਨਾਲ ਦੇਖੋ ਹੁਣ ਯਾ ਤਾਂ 200 ਦਾ 7 ਨਾਲ ਬਾਗ ਕਰਾ ਲਓ ਐਵੇਂ ਲਿਖਾ ਠੀਕ ਹੈ 7 ਦੁਣੀ 14 ਬਚਿਆ ਕਿੰਨਾ 6 0 7 8 56 ਠੀਕ ਹੈ 28 ਆ ਗਿਆ ਤਾਂ 28 ਇੱਕ ਕਿਚੀ ਹੈਗਾ ਹੁਣ ਡਾਇਰੈਕਟ ਯਾਦ ਰੱਖਣਾ ਤਾਂ ਡਾਇਰੈਕਟ ਯਾਦ ਰੱਖ ਲਓ ਡਾਇਰੈਕਟ ਯਾਦ ਰੱਖਣਾ ਤਾਂ ਡਾਇਰੈਕਟ ਯਾਦ ਰੱਖ ਲਓ ਠੀਕ ਹੈ ਮੈਥਡ ਇੱਕ ਹੋਰ ਦੱਸਾਂ ਮੈਥਡ ਇੱਕ ਹੋਰ ਦੱਸਾਂ ਵੀ ਆਹ ਮੈਂ ਬੈਸਟ ਹੈਗਾ ਦੂਜਾ ਮੈਥਡ ਦੂਜਾ ਮੈਥਡ ਲੈਣਾ ਤਾਂ ਦੂਜਾ ਮੈਥਡ ਵੀ ਦੱਸ ਦੇਣਾ ਦੂਜੇ ਮੈਥਡ ਚ ਕੀ ਕੀ ਕਰਨਾ ਪਏਗਾ ਤੁਹਾਨੂੰ ਦੁਕਾਨਦਾਰ ਬੰਨਾ ਪਏਗਾ ਹਟਾ ਰਿਹਾ ਦੂਜੇ ਮੈਥਡ ਚ ਕੀ ਕਰਨਾ ਪਏਗਾ ਦੁਕਾਨਦਾਰ ਬੰਨਾ ਪਏਗਾ ਹੁਣ ਦੁਕਾਨਦਾਰ ਕਿਵੇਂ ਬੰਨਾ ਮੰਨ ਲਓ ਮੈਂ ਕਹੂੰਗਾ ਕਿ ਮੈਂ 5 ਦੇ ਨਾਲ 2 ਫ੍ਰੀ ਦੇਤੀਆਂ ਮੈਂ 5 ਦੇ ਨਾਲ 2 ਫ੍ਰੀ ਦੇਤੀਆਂ ਹੈਗੀਆਂ ਤਾਂ ਇਹ ਸੋਚੋ ਕਿ ਦੁਕਾਨਦਾਰ ਦੇ ਕਿੰਨੀ ਵਸਤੂਆਂ ਦੇ ਪੈਸੇ ਲੱਗੇ ਦੁਕਾਨਦਾਰ ਦੇ ਕਿੰਨੀ ਵਸਤੂਆਂ ਦੇ ਪੈਸੇ ਲੱਗੇ ਤਾਂ ਉਹਨੇ ਆਪਣੇ ਕੋਲੋਂ ਲਏ ਕਿੰਨੀ ਵਸਤੂਆਂ ਦੇ ਇਹ ਦੇਖਣਾ ਬਸ ਇੰਨੀ ਚੀਜ਼ ਗੱਲਾ ਦਿਮਾਗ ਚ ਫਿੱਟ ਕਰ ਦੋ ਦੁਕਾਨਦਾਰ ਦੇ ਕਿੰਨੀ ਵਸਤੂਆਂ ਦੇ ਪੈਸੇ ਲੱਗੇ ਪਹਿਲੇ ਆ ਦੱਸੋ ਦੁਕਾਨਦਾਰ ਨੇ 5 ਦੇ ਨਾਲ 2 ਫ੍ਰੀ ਦਿੱਤੀਆਂ ਦੁਕਾਨਦਾਰ ਦੇ ਤਾਂ 7 ਵਸਤੂਆਂ ਦੇ ਪੈਸੇ ਲੱਗੇ ਹੋਏ ਹਨ ਦੁਕਾਨਦਾਰ ਦੇ 7 ਵਸਤੂਆਂ ਦੇ ਪੈਸੇ ਲੱਗੇ ਹੋਏ ਹਨ ਉਹਨੇ ਆਪਣੇ ਕੋਲ ਲਏ ਕਿੰਨੀ ਵਸਤੂਆਂ ਦੇ ਰਾਜੇ ਉਹਨੇ ਆਪਣੇ ਕੋਲੋਂ ਪੰਜ ਵਸਤੂਆਂ ਦੇ ਪੈਸੇ ਲਏ ਨੇ ਦੋ ਵਸਤੂ ਆਪਾਂ ਨੂੰ ਫ੍ਰੀ ਦੇਤੀਆਂ ਤਾਂ ਜੋ ডিসਕਾਊਂਟ ਕਿੰਨਾ ਦੇ ਰਿਹਾ ਦੋ ਦਾ ਡਿਸਕਾਊਂਟ ਦੇ ਰਿਹਾ 2/7 ਉਹੀ ਆ ਗਿਆ ਨਾ ਤਾਂ 7 ਦਾ ਰਿਲੇਸ਼ਨ ਕਿਹਦੇ ਨਾਲ ਆ 14 ਨਾਲ ਆ 14 ਦੁਨਾ 28 ਸਹੀ 4/7% ਆਨਸਰ ਐਵੇਂ ਵੀ ਆ ਜਾਂਦਾ ਉਹ ਗੱਲ ਹੈ ਕਿ ਚਾਹੇ શેર ਨਦਰੂ ਫੜ ਲਓ ਚਾਹੇ ਅਦਰੂ ਹੀ ਫੜ ਲਓ ਕਿਵੇਂ ਮਰਜੀ ਪਗੜ ਲਓ ਕੋਈ ਸੰ ਹੋ ਹੀ ਜਾਣਾ ਕਲੀਅਰ ਹੈ ਕਲੀਅਰ ਹੈ ਬੋਲੋ ਥੰਬਸ ਅਪ ਕਰ ਦਿਓ ਫਟਾਫਟ ਦਬ ਕੇ ਸ਼ੇਅਰ ਕਰ ਦਿਓ ਅਗਰ ਵਧੀਆ ਲੱਗ ਰਿਹਾ ਹੋਵੇ ਰਾਜੇ ਮਜ਼ਾ ਆ ਰਿਹਾ ਹੋਵੇ ਤਾਂ ਫਟਾਫਟ ਥੰਬਸ ਅਪ ਤੇ ਸ਼ੇਅਰ ਕਰ ਦਿਓ ਫਟਾਫਟ ਥੰਬਸ ਅਪ ਕਰ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫਟਾਫਟ ਸਾਰੇ ਜਣੇ ਕਲੀਅਰ ਹੈਗੇ ਚਲਿਏ ਅਗੇ ਚਲਿਏ ਰਾਜੇ ਫਟਾਫਟ ਦੱਸੋ ਵਾਓ ਮਜ਼ਾ ਆ ਰਿਹਾ ਨਾ ਮਜ਼ਾ ਆ ਰਿਹਾ ਨਾ ਮਜ਼ਾ ਆ ਰਿਹਾ ਨਾ ਮਜ਼ਾ ਆ ਰਿਹਾ ਨਾ ਕਲੀਅਰ ਹੈ ਕਲੀਅਰ ਹੈ ਦੁਕਾਨਦਾਰ ਬੰਨੇ ਕਿ ਦੁਕਾਨਦਾਰ ਕਹਿੰਦਾ ਮੇਰੇ ਸੱਤ ਵਸਤੂਆਂ ਦੇ ਪੈਸੇ ਲੱਗ ਗਏ ਮੈਂ ਤੁਹਾਡੇ ਕੋਲ ਪੈਂਦਾ ਹੀ ਲੈ ਰਿਹਾ ਹੈਗਾ ਤਾਂ ਦੋ ਫ੍ਰੀ ਦੇ ਰਿਆਂ ਦੋ ਫ੍ਰੀ ਕਿਰੇ ਦੇ ਸੱਤ ਤੇ ਗੁਣਾ 100 ਅਨਸਰ ਖਤਮ ਸਰ ਟਾਈਮਿੰਗ ਦੱਸ ਦਿਓ ਜੀ ਪੇਡ ਕਲਾਸ ਦੀ ਪੇਡ ਕਲਾਸ ਦੀ ਰਾਜੇ ਟਾਈਮਿੰਗ ਹੁੰਦੀ ਹੈ 4 ਤੋਂ 5 ਚਾਮੀ ਮੇਰੀ ਮੇਰੀ ਕਲਾਸ 4 ਤੋਂ 5 ਹੁੰਦੀ ਹੈਗੀ ਹੈ ਠੀਕ ਹੈ ਚਲਿਏ ਗਿਆ ਦੋ ਦੱਸੋ फटाफट ਕਿੰਨਾ ਅਨਸਰ ਆਏਗਾ फटाफट दो दिन आंसर आएगा फटाफट दस आंसर आएगा चलिए कह रहे दस खरीदो दो मुफ्त पेशकश न सेल्समैन द्वारा दिखती गई छूट प्रतिशत की है क्या दस दस खरीदोगे तो दो फ्री मिलनगिया दस खरीदोगे तो दो फ्री मिलनगिया तो जो डिस्काउंट है मैथ देखे दे क्लास ली बटन गुरप्रीत संधु जी डेली जुड़िया करो एज ए मजा आऊगा जो थोज मजा आ रहा है सर जो पेड़ मैथ क्लास जो पढ़ना चाहता की करना पेस्ते परचेज करना पेगा मैं तो दस दूंगा स थोड़ी टाइम बाद तो, जुड़े रहे हो जो भी सके पुछ रहे थे उन्हें तुम्हें की करना पडा टू फोर सैवन की एप्लीकेशन डाउनलोड करनी पेगी अडा टू फोर सैवन की एप्लीकेशन डाउनलोड करो उस बाद परचेज जाऊँगे ऑर्डर से जाओगे न जो अपना स्टोर हैगा स्टोर जाऊंगे वेद महापैक आऊगा ਮਹਾਪੈਕ ਪਰਚੇਸ ਕਰ ਲਓ ਮਹਾਪੈਕ ਪਰਚੇਸ ਕਰੋ ਤਾਂ ਵੈਸੇ ਤਾਂ ਮਹਾਪੈਕ ਦੇਖੋ 13000 ਰੁਪਏ ਦਾ ਦਿਖਾਊਗਾ 12-13000 ਰੁਪਏ ਦਾ 22752 ਕੋਡ ਲਾ ਦਿਓ ਯਾਦ ਰੱਖਿਓ 22752 22752 ਕੋਡ ਲਾ ਕੇ ਮੇਰੀ ਫੈਮਲੀ ਦਾ ਪਾਰਟ ਬਣ ਜਾਣਾ ਆ ਕੋਡ ਲਾਉਂਗੇ ਤਾਂ ਤੁਹਾਨੂੰ ਡਿਸਕਾਊਂਟ ਮਿਲ ਜੇਗਾ ਉੱਤੇ ਤੇ ਸਸਤਾ ਹੋ ਕੇ ਤੁਹਾਨੂੰ 3 ਕੇਜਰ ਦੇ ਆਸ-ਪਾਸ ਦਾ ਮਿਲ ਜੂਗਾ ਕੋਈ ਵੀ 2 ਸਾਲ ਦੀ ਵੈਲਿਡਿਟੀ ਨਾਲ 2 ਸਾਲ ਤੱਕ ਕੁਆਲਿਟੀ ਹੋਵੇਗੀ ਤਾਂ ਆ ਲੈ ਲਓ ਪੇੜ ਦੇ ਵਿੱਚ ਤਾਂ ਵੀ ਬਹੁਤ ਜਿਹੇ ਐਕਸਟਰਾ ਹੁੰਦੀਆਂ ਹੈਗੀਆਂ ਠੀਕ ਹੈ ਚਲਿਏ ਅੱਗੇ ਕਾਫੀ ਬੱਚੇ ਜੁੜੇ ਹੋਏ ਆ ਆਜੋ 10 ਖਰੀਦੋ ਦੋ ਦੋ ਮੁਫਤ 10 ਤੇ ਕੋਈ ਡਿਸਕਾਊਂਟ ਨਹੀਂ 10 ਦੇ ਪੂਰੇ ਪੈਸੇ ਲਏ ਜਾ ਰਹੇ ਹਨ ਮਤਲਬ 0 ਆ ਗਿਆ ਦੋ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਫ੍ਰੀ ਦਾ ਮਤਲਬ ਕਿੰਨਾ 100% ਡਿਸਕਾਊਂਟ ਹੁੰਦਾ ਤਾਂ ਕਿੰਨਾ ਆ ਗਿਆ 200 ਟੋਟਲ ਕਿੰਨਾ ਹੋ ਗਿਆ 200 ਟੋਟਲ ਕਿੰਨਾ ਹੋ ਗਿਆ 200 ਵਸਤੂਆਂ ਕਿੰਨੀਆਂ ਹੋ ਗਈਆਂ 12 ਠੀਕ ਹੈ 200 12 ਕਹਿ ਲਓ ਹੁਣ 200 12 ਕਹਿਨ ਨੂੰ ਜਾਂ ਦੋ 12 ਵੀ ਕਹਿ ਸਕਦੇ ਦੋ 12 ਵੀ ਕਹਿ ਸਕਦੇ ਜਨੂਨ ਗਲ ਹੈ देखो जीरोएं छड़ दिया करो 2/12 मतलब 1/6 1/6 ਕਿੰਨਾ ਹੁੰਦਾ ਹੈਗਾ 16.2/3% ਹੁੰਦਾ 16.2/3% ਅਨਸਰ ਆ ਜਾਏਗਾ ਜਾਂ ਤਾਂ 200 ਦਾ ભાગ ਫਿਰ 12 ਤੇ ਕਰਾ ਲਓ ਹੋਰ ਕੁਝ ਨਹੀਂ ਹੈਗਾ 200 ਦਾ ભાગ 12 ਤੇ ਕਰਾ ਲਓ 12 ਦੁਨਾ 12 ਇੱਕ ਕਮ 12 ਬਚਿਆ ਕਿੰਨਾ 80 12 ਚਿਕਾ 72 ਤਾਂ 16 ਵਾਲਾ ਅਨਸਰ ਹੈ ਗਿਆ ਤਾਂ 16 ਪਹਿਲੇ ਆnde ਚ ਹੀ ਹੈਗਾ ਤਾਂ ਹੀ ਅਨਸਰ ਹੈਗਾ ਕਲੀਅਰ ਹੈ ਚਲिए ਅਗੇ ਥੰਬਸ ਅਪ ਕਰ ਦਿਓ ਫਟਾਫਟ ਸਾਰੇ ਜਣੇ ਥੰਬਸ ਅਪ ਕਰ ਦਿਓ ਸਾਰੇ ਜਣੇ ਫਟਾਫਟ ਹਾਂ 1/6 ਸਕਾਈ ਪਵਨ ਠੀਕ ਹੈ ਕੋਈ ਗੱਲ ਨਹੀਂ ਸਮਸਪ ਕਰ ਦੋ ਸਾਰ ਜਾਨੇ ਫਟਾਫਟ ਹੁਣ ਦੁਕਾਨਦਾਰ ਦੇ ਨਜ਼ਰੀਏ ਤੋਂ ਸੋਚੰਗਾ ਦੁਕਾਨਦਾਰ ਕੀ ਕਹਿ ਰਿਹਾ ਦੁਕਾਨਦਾਰ ਕਹਿ ਰਿਹਾ 10 ਤੋਂ 2 12 ਵਸਤੂਆਂ ਦੇ ਪੈਸੇ ਲੱਗ ਰਹੇ ਐ ਮੈਂ ਤੁਹਾਡੇ ਕੋਲੋਂ 10 ਵਸਤੂਆਂ ਦੇ ਹੀ ਪੈਸੇ ਲੈ ਰਿਹਾ ਦੋ ਵਸਤੂਆਂ ਦੇ ਪੈਸੇ ਛੱਡ ਰਿਹਾ ਕਿਦੇ ਤੇ 12 ਤੇ 2/12 ਮਤਲਬ 1/6 1/6 ਕਿੰਨਾ ਹੁੰਦਾ 16.62/3% ਹੁੰਦਾ ਦੋਨੋਂ ਤਰੀਕੇ ਹੈ ਕਿ ਜਿਵੇਂ ਮਰਜ਼ੀ ਕਰ ਲਓ ਦੋਨੋਂ ਤਰੀਕੇ ਹੈਗਾ ਜਿਵੇਂ ਮਰਜ਼ੀ ਕਰ ਲਓ ਮਜ਼ਾ ਆ ਰਿਹਾ ਨਾ ਮਜ਼ਾ ਆ ਰਿਹਾ ਹੈਗਾ ਮਜ਼ਾ ਆ ਰਿਹਾ ਹੈਗਾ ਮਜਾਰਿਆ ਹੈਗਾ ਦੇਖੋ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਹੈਗਾ ਇੱਕ ਹੋਰ ਸਰਪ੍ਰਾਈਜ਼ ਹੈਗਾ ਮੇਰੇ ਕੋਲੇ ਜਿਵੇਂ ਆਨ ਆਲੇ ਆਨ ਆਲੇ ਟਾਈਮ ਚ ਮੰਨ ਲਓ ਤੁਹਾਡਾ ਕੋਈ ਵੀ ਪੇਪਰ ਆਂਦਾ ਹੈ ਕੋਈ ਵੀ ਪੇਪਰ ਆਂਦਾ ਹੈ ਮੰਨ ਲਓ ਕਨਸਟੇਬਲ ਆ ਗਿਆ ਐਸਆਈ ਆ ਗਿਆ ਪਟਵਾਰੀ ਹਾਈ ਕੋਰਟ ਹਰਿਆਣਾ ਹਰਿਆਣਾ ਹਾਈ ਕੋਰਟ ਵਾਸਤੇ ਵੀ ਇੱਕ ਬੈਚ ਲੈ ਕੇ ਆ ਰਹੇ ਹਾਂ ਉਹਦੇ ਚ ਵੀ ਮੈਂ ਤੁਹਾਨੂੰ ਕਰਵਾਉਂਗਾ ਠੀਕ ਹੈ ਤਾਂ ਜੋ ਵੀ ਪੇਪਰ ਆਏਗਾ ਨਾ ਉਹਦੀ ਕਿਹੜੇ ਕਿਹੜੇ ਚਾਹੁੰਦੇ ਕਿ ਸਰ ਕੋਈ ਹਫਤਾ ਪਹਿਲੇ ਇੱਕ ਮੈਰਾਥਨ ਹੋ ਜੇ ਵਧੀਆ ਜੀ ਕਿ ਜਿਹਨੇ ਇਹੋ ਜਿਹੇ ਕੁਸਚਨ ਜੋ ਤੁਹਾਡੇ ਸਾਡੇ ਪੇਪਰ ਦੇ ਵਿੱਚ ਆਉਣ ਵਾਲੇ ਹੋਣ ਤਾਂ ਉਹ ਵੀ ਲੈ ਕੇ ਆਉਂਗਾ ਆਉਣ ਵਾਲੇ ਟਾਈਮ ਦੇ ਵਿੱਚ ਹੁਣੇ ਨਹੀਂ ਕਹਿ ਰਿਹਾ ਹੁਣੇ ਆਪਣੀ ਇੱਕ ਮੈਰਾਥਨ ਹੋ ਕੇ ਹੱਟੀ ਹੈ ਉਹਨੂੰ ਜਾ ਕੇ ਦੇਖ ਲਓ ਜਿਨ੍ਹਾਂ ਨੇ ਨਹੀਂ ਦੇਖਿਆਗਾ ਆਉਣ ਵਾਲੇ ਟਾਈਮ 'ਚ ਜਰੂਰ ਲੈ ਕੇ ਆਉਂਗਾ ਤੁਹਾਡੇ ਵਾਸਤੇ 4-4 ਘੰਟੇ ਮੈਂ ਕੰਟੀਨਿਊ ਕੱਲਾ ਮੈਰਾਥਨ ਲਾਇਆ ਕਰੂੰਗਾ ਤੁਹਾਡੇ ਵਾਸਤੇ ਠੀਕ ਹੈ ਤਾਂ ਸਾਰੇ ਜਣਾਂ ਨੇ ਦਬ ਕੇ ਸ਼ੇਅਰ ਸਪੋਰਟ ਕਰਨਾ ਹੈਗਾ ਅਖੀ ਹੌਸਲਾ ਮੇਰੇ 'ਚ ਬਣਿਆ ਰਿਹਾ ਤਾਂ ਤੁਹਾਡੇ ਵਾਸਤੇ ਮੈਰਾਥਨ ਬਹੁਤ ਜਲਦੀ ਲੈ ਕੇ ਆਉਂਗਾ ਠੀਕ ਹੈ ਪੇਪਰ ਦੇ ਨੇੜੇ ਜਾ ਕੇ ਕਲੀਅਰ ਹੈ ਚੱਲੀਏ ਅਗੇ ਆਜੋ ਹੁਣ ਦੱਸੋ ਕਿੰਨਾ ਆਏਗਾ ਹੁਣ ਦੱਸੋ ਕਿੰਨਾ ਆਏਗਾ ਫਟਾਫਟ ਦੱਸੋ ਬਿਲਕੁਲ ਮਨਪ੍ਰੀਤ ਕੋਰ ਜੀ ਲੈ ਕੇ ਆਵਾਂਗੇ ਮੈਰਾਥਨ ਬਟ ਹੁਣੇ ਨਹੀਂ ਥੋੜਾ ਜਿਹਾ ਟਾਈਮ ਦਿਓ ਜਦੋਂ ਪੇਪਰ ਤੁਹਾਡਾ ਨੇੜੇ ਆਏਗਾ ਨਾ ਉਸ ਤੋਂ ਹਫ਼ਤਾ 10 ਦਿਨ ਪਹਿਲੇ ਤੁਹਾਨੂੰ ਸਿਲੇਬਸ ਪੂਰਾ ਕਰਵਾ ਕੇ ਜੋ ਪੇੜ 'ਚ ਹੈਗੇ ਐ ਪੇੜ 'ਚ ਹੈਗੇ ਉਹਨਾਂ ਦੀ ਗੱਲ ਕਰ ਰਿਹਾ ਜੋ ਪੇੜ 'ਚ ਹੈਗੇ ਉਹਨਾਂ ਨੂੰ ਸਿਲੇਬਸ ਪੂਰਾ ਕਰਾ ਕੇ ਇੱਕ ਮੈਰਾਥਨ ਵੀ ਲੈ ਕੇ ਆਵਾਂਗੇ ਜੋ ਵਾਈਟੇ ਦੇ ਹੈਗੇ ਉਹਨਾਂ ਵਸ ਜਿੰਨਾ ਹੋ ਜਾਏਗਾ ਉਸ ਤੋਂ ਬਾਅਦ ਮੈਰਾਥਨ ਹੋ ਜਾਏਗਾ ਵੀਜ਼ਿਬਿਲਟੀ ਵੀ ਕਰਵਾ ਲਾਂਗੇ ਭਗਵਾਨ ਸਿੰਘ ਟੈਨਸ਼ਨ ਨਾ ਲਗਾ ਟੈਨਸ਼ਨ ਆ ਲੋ ਵੀ ਉਹ ਕਦੋਂ ਹੋਏਗਾ ਸਾਰੀ ਚੀਜ਼ਾਂ ਹੋ ਜਾਣੀਆਂ ਕਿਉਂ ਟੈਨਸ਼ਨ ਲੈਣੇ ਹੋ ਕਾਰ ਦੋ ਸਾਰੇ ਜਣੇ ਫਟਾਫਟ ਦੱਸੋ ਸ਼ੇਅਰ ਕਰ ਦੋ ਫਟਾਫਟ ਸਾਰੇ ਜਣੇ ਕਿੰਨਾ ਹੋਊਗਾ ਹੁਣ ਦੱਸੋ ਆਨਸਰ ਕਿੰਨਾ ਹੋਵੇਗਾ ਹੁਣ ਤੁਹਾਡੇ ਵਾਸਤੇ ਚੈਲੰਜ ਸਟਾਰਟ ਹੋ ਚੁੱਕੇ ਨੇ ਰਾਜੇ ਹੁਣ ਤੁਹਾਡੇ ਵਾਸਤੇ ਚੈਲੰਜ ਸਟਾਰਟ ਹੋ ਚੁੱਕੇ ਹੈ ਕੁਐਸਚਨ ਕਿ ਹਾਂ ਹੁਣ ਆਨ ਆਲੇ ਜੋ ਵੀ 10 12 ਮਿੰਟਾਂ ਨਾਲ ਵਾਸਤੇ ਤੁਹਾਡੇ ਕੋਲ ਚੈਲੰਜ ਹੋਊਗਾ ਦੱਸ ਦੋ ਫਟਾਫਟ ਕਿੰਨਾ ਆਏਗਾ छत्ती परसेंट आंसर कर रहे है छत्ती परसेंट छत्तीस प्रसेंट आंसर कर रहे है छत्ती किएं लिया ती बड़े यार तुम तंटेलीजेंट हो गए इंटेलीजेंट हो गए चैलेंज एक्सैप्टिड एवं चैलेंज आप लैके आवेंगे डील तुम एक्सैप्ट करने तो आंसर तो दसना कि होगा आंसर दसना कि होगा चैलेंज एक्सैप्टेड है ना कि कहेंगे कि सर चैलेंज लेके लेक ले आया करो मज़ा लगता है मज़ा आता है चैलेंज थोड़े वास्ते जरूर लैके आया करूँगा चैलेंज दया करूँगा हाँ जी दसो ਤਕੀਰਤ ਕੋਰ ਆ ਜਾਏਗਾ ਕਿਉਂ ਟੈਨਸ਼ਨ ਲੈਣੇ ਮੰਨੂ ਕਦੋਂ ਆਉਜੀ ਮੈਂ ਤਾਂ ਸਭ ਕੁਝ ਆਏਗਾ ਯਾਰ ਪੇਸ਼ੈਂਸ ਰੱਖੋ ਧੀਰੇ ਧੀਰੇ ਸਭ ਕੁਝ ਆਏਗਾ ਬੱਚੇ ਆ ਜਾਓ 8 ਖਰੀਦੋ 2 ਮੁਫਤ 8 ਦੇ ਨਾਲ 2 ਫਰੀ ਹੈ 8 ਚੀਜ਼ਾਂ ਲਓਗੇ ਨਾ 8 ਚੀਜ਼ਾਂ 8 ਦੇ ਨਾਲ 2 ਫਰੀ ਮਿਲ ਰਹੀ ਹੈ ਠੀਕ ਹੈ ਅੱਗੇ ਕੀ ਕਹਿ ਰਿਹਾ ਤੇ ਹਰੇਕ ਲੇਖ ਤੇ 25% ਦੀ ਛੂਟ ਵੀ ਸੋਰੀ 20% ਦੀ ਛੂਟ ਵੀ ਦੇ ਦੇ ਕਹਿੰਦਾ ਕੋਈ ਵੀ ਚੀਜ਼ ਲਓਗੇ ਨਾ ਕੋਈ ਵੀ ਚੀਜ਼ ਤਾਂ ਤੁਹਾਨੂੰ 20% ਦੀ ਛੂਟ ਦੇਵਾਂਗਾ ਕੋਈ ਵੀ ਚੀਜ਼ ਲਓਗੇ ਨਾ ਤਾਂ ਤੁਹਾਨੂੰ 20% ਛੂਟ ਦੇਵਾਂਗਾ ਤੇ 8 ਚੀਜ਼ਾਂ ਲਓਗੇ 8 ਚੀਜ਼ਾਂ ਤਾਂ 2 ਚੀਜ਼ਾਂ ਫਰੀ ਦੇ ਦੂੰਗਾ ਇਹੋ ਜਿਹਾ ਕੋਈ ਹੁੰਦਾ ਹੈ ਕਿ ਇਹੋ ਜਿਹਾ ਕੋਈ ਹੁੰਦਾ ਹੈ ਕਿ ਜਿਵੇਂ ਆਪਣੇ ਅੱਡਾ ਅੱਡਾ ਵਾਲੇ ਹੈਗੇ ਤੁਹਾਨੂੰ ਕਿੰਨਾ ਕਿੰਨਾ ਡਿਸਕਾਊਂਟ ਦੇ ਰਹੇ ਹੈਗੇ 2752 ਜਾ ਕੇ ਲੈ ਲੋ 8 8 8 ਖਰੀਦੋਗੇ ਕਹਿੰਦਾ ਹੁਣ ਦੇਖੋ 8 ਆਰਟੀਕਲ ਉਹਨੇ ਲਏ ਦੋ ਤਾਂ ਫਰੀ ਹੈ ਫਰੀ ਵਾਲਾ ਕੰਮ ਤਾਂ ਪਹਿਲੇ ਨੇ ਬੀੜੋ ਫਰੀ ਵਾਲਾ ਕੰਮ ਤਾਂ ਰਾਜੇ ਪਹਿਲੇ ਨੇ ਬੀੜਦਿਆ ਕਰੋ ਦੋ ਫਰੀ ਹੈ ਨਾ ਫਰੀ ਦਾ ਮਤਲਬ ਤਾਂ 100% ਡਿਸਕਾਊਂਟ ਹੈ 100% ਉੱਤੇ ਤਾਂ ਦੇ ਹੀ ਨਹੀਂ ਸਕਦਾ ਹੁਣ ਪੱਲੋ ਪੈਸੇ ਥੋੜੀ ਦੇ ਦੂਗਾ ਬੰਦਾ ਫਰੀ deta ਹੁਣ ਹੋਰ ਬੱਚੇ ਹੋਰ ਬੰਦੇ ਦੀ ਜਾਣ ਲੈਣੀ ਤੁਸੀਂ कि फ्री का मतलब कि सौ परसेंट है दो फ्री मतलब कि हो गया दो सौ हम हरेक लेखते हरेक जो आर्टिकल है हरेक जो आर्टिकल उन्हें कर रहा है डिस्काउंट भी दे रहा है डिस्काउंट कि देगा राजे हरेक आर्टिकल से भी प्रसेंट डिस्काउंट दे रहा हरेक आर्टिकल से अठते परसेंट के हिसाब न कि हो गया एक सौ सठ हो गया टोटल किन्ने हो गए तीन सौ सठ टोटल हो गए तीन सौ सठ आर्टिकल किन्ने हो गए अठते दो दस जीरो जीरो कट गई एंसर कि आ जाएगा छत्तीस आंसर विल आ जाएगा छत्तीस छत्तीस परसेंट विल बी द राइट आंसर विल बी द राइट आंसर थर्टी है क्लियर है क्लीयर है दसो आएगा फटाफट दसो टाइम थोड़ा अपना जाता जा रहा धीरे धीरे क्वेश्चन मेरे को ज्यादा नहीं आज चलो भी आएगा आंसर भी आएगा आंसर फटाफट राजे दस दो कि आएगा कोई गाल नहीं जो ज्योति संजू जी गलत हो गया तो कोई नहीं हम सही हो जाएगा टेंशन ना लो कोई गाल नहीं राजे गलत हो गया तो कोई नहीं हम सही हो जाएगा कोई तो दिक्कत नहीं चलो भी होन दस दो कि आएगा हम पंताली परसेंट दीपक वर्मा वाह भी वाह दीपक दीपक जल गया दीपक चमक गया जल गया नहीं दीपक चमक गया दीपक बिल्कुल चमका है अभी ਪਹਿਲੇ ਪਹਿਲੇ ਅਨਸਰ ਦੀਪਕ ਦਾਇਆ ਸ਼ਾਬਾਸ਼ ਵੈਰੀ ਗੁੱਡ ਵੀ 45% 45% 45% 45% 45% ਵੈਰੀ ਗੁੱਡ ਬਹੁਤ ਵਧੀਆ ਦੀਪਕ ਚਮਕਿਆ ਵੀ ਸਭ ਨਾਲ ਪਹਿਲੇ ਅਨਸਰ ਕੀਤਾ ਦੀਪਕ ਨੇ ਵੈਰੀ ਗੁੱਡ ਦੀਪਕ ਸਰ ਕੈਨ ਆਈ ਫਿਲ ਦਿ ਡਨ ਗ੍ਰੈਜੂਏਸ਼ਨ ਠੀਕ ਹੈ ਹਾਂਜੀ ਗ੍ਰੈਜੂਏਸ਼ਨ ਆ ਫਿਲ ਕਰ ਸਕਦੇ ਹੋਗੇ ਠੀਕ ਹੈ ਆਜੋ 10 ਖਰੀਦੋ 2 ਦੀ ਮੁਫਤ 10 ਖਰੀਦੋ 2 ਮੁਫਤ ਆਜੋ दो मुफ्त है ना दो फ्री दे रहे और मतलब तो पहले कहानी नहीं बढ़ गई कि आ गया दो सौ प्रसेंट आ गया उन्हें मतलब तो दो सौ प्रसेंट आ गया हूँ दस वस्तुआं भी कोई डिस्काउंट हैगा दस से भी डिस्काउंट है पच्ची के हिसाब न कि हो जाएगा यह हो जाएगा ढाई सौ प्रसेंट टोटल कि हो गया टोटल हो गया साढ़े चार सौ प्रसेंट टोटल हो गया साढ़े चार सौ प्रसेंट साढ़े चार सौ प्रसेंट आर्टल किन्ने हो गए साढ़े चार सौ आर्टिकल हो गए भी आएगा देखो आंसर सही दिता है 450% ਚ ਅਨਸਰ ਕਿੰਨਾ ਆਊਗਾ ਆ ਦੇਖੋ ਆ ਹੁੰਦਾ ਜਲਦੀ ਜਲਦੀ ਚ ਦੀਪਕ ਤੇਰੀ ਅੰਨੀ ਤਾਰੀਫ ਹੋ ਗਈ ਰਾਜੇ ਤੇਰਾ ਤਾਂ ਅਨਸਰ ਗਲਤ ਹੈਗਾ ਤੇਰਾ ਤਾਂ ਅਨਸਰ ਗਲਤ ਹੈਗਾ 45% ਨਹੀਂ ਆਏਗਾ ਰਾਜੇ 10 ਖਰੀਦੋ 2 ਮੁਫਤ ਤਾਂ 450% ਟੋਟਲ ਹੋ ਜਾਣਾ ਕਿ 10 ਖਰੀਦੋਗੇ 25% ਦੇ حساب ਨਾਲ 250% ਦੋ ਫ੍ਰੀ ਹੈਗੇ ਦੋ ਫ੍ਰੀ ਹੈਗੇ ਤਾਂ 200% ਟੋਟਲ ਕਿੰਨਾ ਹੋ ਗਿਆ 450% ਤਾਂ ਕਦੇ ਵੀ ਓਵਰ ਕੌਨਫੀਡੈਂਸ ਨਹੀਂ ਹੋਣਾਗਾ ਇਹ ਤੇ ਧਿਆਨ ਰੱਖਣੀ ਹੈਗੀ 450% ਜਵਾਬ ਕਿੰਨਾ ਹੋ ਗਿਆ 450% ਜਵਾਬ 450/12 ਟੋਟਲ ਆਰਟੀਕਲ ਥੱਲੇ ਆndeਗੇ ਟੋਟਲ ਆਰਟੀਕਲ ਜਿੰਨੇ ਵੀ ਹੈਗੇ ਥੱਲੇ ਆnde ਸਾਡੇ 450 ਦਾ 12 ਤੇ ਭਾਗ ਕਰਾਂਗੇ ਅਨਸਰ ਆਏਗਾ ਤਾਂ 450/ 12 12 ਦਾ ਭਾਗ ਕਰਾਣੇ ਆਜੋ 12 3 36 ਠੀਕ ਹੈ ਬਚ ਗਏ ਕਿੰਨੇ 9 0 12 7 84 ਬਚ ਗਏ 6 37 صحیح 1/2 ਅਨਸਰ ਆਏਗਾ ਵੀ ਠੀਕ ਹੈ 37 ਸਹੀ 1/2 ਅਨਸਰ ਆਏਗਾ 37 ਸਹੀ 1/2 ਪਰਸੈਂਟ ਅਨਸਰ ਆਏਗਾ ਕਿਹਦਾ ਸਹੀ ਸੀਗਾ ਕਹਦੇ ਕਿਹਦਾ ਸਹੀ ਸੀਗਾ ਦੀਪਕ ਤੇਰੀ ਅੰਨੀ ਤਾਰੀਫ ਕੀਤੀ ਰਾਜੇ ਵਾਪਸ ਦੇ ਦੇ ਹੁਣ ਤਾਂ ਵਾਪਸ ਦੇ ਦੇ ਹੁਣ ਤਾਰੀਫ ਜਿਹੜੀ ਤਰੀਕ ਕੀਤੀ ਹੈਗੀ ਇਹਨਾਂ ਵਾਪਸ ਦੇ ਦੇ ਦੀਪਕ ਬੁੱਝ ਗਿਆ ਕਹਿੰਦੇ ਕੋਈ ਗੱਲ ਨਹੀਂ ਦੀਪਕ ਵਰਮਾ ਚਲੋ ਸਾਰਿਆਂ ਦੀ ਬਹੁਤ अच्छी ਟਰਾਈ ਸੀ 37.5% ਅੰਸਰ ਹੈਗਾ ਠੀਕ ਹੈ 37.5% ਅੰਸਰ ਹੈਗਾ ਕਦੇ ਕਦੇ ਤੁਹਾਡੇ ਨਾਲ ਤੁਹਾਡੀ ਫਿਰਕੀ ਵੀ ਲੈਣੀ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਰਟਾਰਟਾਇਆ ਕੰਮ ਨਹੀਂ ਕਰਨਾ ਹੈਗਾ ਰਟਾਰਟਾਇਆ ਕੰਮ ਨਹੀਂ ਕਰਨਾ ਕਦੇ ਕਦੇ ਫਿਰਕੀ ਲੈਣੀ ਵੀ ਜ਼ਰੂਰੀ ਹੈਗੀ ਆ ਤਾਂ ਫਿਰਕੀ ਵੀ ਕਦੇ ਕਦੇ ਮੈਂ ਲਾਉਂਗਾ ਹਮੇਸ਼ਾ ਅੱਗੇ ਵੀ ਅੱਗੇ ਵੀ ਧਿਆਨ ਰੱਖਿਆ ਜੇ ਅੱਗੇ ਵੀ ਧਿਆਨ ਰੱਖਿਆ ਜੇ ਹੁਣ ਦੇਖੋ ਇੱਕ ਦਾ ਬੋਲਿਆ ਰੀਜ਼ਨ ਕੀ ਸੀਗਾ ਹੁਣ ਮੈਂ ਦੀਪਕ ਦੀ ਤਾਰੀਫ ਕੀਤੀ 45% 45% ਸਾਰੇ ਲੱਗੇ ਕਿ ਹਾਂ ਅੰਸਰ 45 ਹੈਗਾ ਹੁਣ ਦੇਖਿਆ ਵੀ ਨਹੀਂ ਕਈਆਂ ਦਾ ਸਹੀ ਵੀ ਆ ਰਿਹਾ ਹੋਊਗਾ ਉਹਨਾਂ ਨੇ ਵੀ 45% ਬੋਲਿਆ ਦੀਪਕ ਕੀਤਾ ਸਹੀ ਹੈਗਾ ਕੀਤਾ ਸਹੀ ਹੈ ਨਹੀਂਗਾ ਕੋਈ ਗੱਲ ਨਹੀਂ ਗਲਤੀਆਂ ਸਭ ਕੋ ਇਨਸਾਨ ਕੋਲ ਹੁੰਦੀਆਂ ਸਿੱਖੋਗੇ ਕੋਈ ਨਾ ਅਗਲੇ 'ਚ ਹੋਰ ਲੈ ਕੇ ਆਵਾਂਗੇ ਵੈਰੀ ਗੁੱਡ ਵੀ ਵੈਰੀ ਗੁੱਡ ਦੀਪਕ ਚਲੋ ਵੀ ਆਜੋਗੇ ਹੁਣ ਦੱਸੋ ਹੁਣ ਦੱਸੋ ਕਿਹੜਾ ਆਨਸਰ ਪਹਿਲੇ ਕਰਦਾ ਹੈਗਾ ਹੁਣ ਦੇਖਦੇ ਹੈਗੇ ਆ ਕਿਸ 'ਮੇ ਕਿਤਨਾ ਹੈ ਦਮ ਕਿਸ 'ਮੇ ਕਿਤਨਾ ਹੈ ਦਮ ਅਬ ਦੇਖਾਂਗੇ ਕਿਸਮੇ ਕਿਤਨਾ ਦਮ ਨਿਕਾਲੋ ਇੱਕ ਦੁਕਾਨਦਾਰ 3411 ਰੁਪਏ ਦੇ ਵਿੱਚ ਕੁਝ ਵਸਤੂਆਂ ਖਰੀਦਾ ਹੈ ਤੇ 3/8 ਵਸਤੂਆਂ ਨੂੰ 5% ਮੁਨਾਫੇ ਤੇ ਬਾਕੀ ਬਚੀ ਵਸਤੂਆਂ ਨੂੰ ਕਿੰਨੇ ਪਰਸੈਂਟ ਲਾਭ ਵਿੱਚ ਵੇਚਿਆ ਜਾਵੇ ਕਿ ਟੋਟਲ 10% ਦਾ ਲਾਭ ਹੋਵੇ ਹੁਣ ਦੇਖਦੇ ਹਾਂ ਕਿਸਮੇ ਕਿਤਨਾ ਦਮ ਹੋਣ ਦੇਖਦੇ ਕਿਹਦਾ ਅਨਸਰ ਪਹਿਲੇ ਆਉਂਦਾ ਹੈਗਾ ਅਰੇ ਫਿਰਕੀ ਲੈ ਰਿਆ ਸੀਗਾ ਤੁਹਾਡੀ ਵੀ ਦੀਪਕ ਨੇ ਫਿਰਕੀ ਲਈ ਸੀਗੀ ਕੋਈ ਗੱਲ ਨਹੀਂ ਕਿ ਦੀਪਕ ਨੇ 45% ਕੱਢਿਆ ਸਾਰੇ 45% ਲੱਗ ਗਏ ਤਾਂ ਹਮੇਸ਼ਾ ਆਪਦੇ ਡਿਸੀਜਨ ਤੇ ਅੜੇ ਰਿਆ ਕਰੋ 11% ਕਹ ਰਹੇ ਹੈਗੇ ਕਈ ਹਮੇਸ਼ਾ ਆਪਦੇ ਡਿਸੀਜਨ ਤੇ ਅੜੇ ਰਿਆ ਕਰੋ ਕਿ ਹਾਂ ਮੇਰਾ ਸਹੀ ਹੈ ਬੜਾ ਬੜ ਲਾਈਕ ਸ਼ੇਅਰ ਕਰੋ ਜਿਹਨਾਂ ਲਾਈਕ ਸ਼ੇਅਰ ਨਹੀਂ ਕੀਤਾ ਦੀਪਕ ਬ੍ਰਹਮਾ 11 ਸਾਰੇ 11 11 ਅਨਸਰ ਕਰ ਰਿਹਾ ਇੱਕ ਨੇ ਕੀਤਾ ਸਾਰੇ ਦਿਨ ਪਿੱਛੇ 11 11 ਲੱਗ ਗਏ ਕਿਉਂਕਿ ਆਹ ਵਾਲਾ 11 ਦੇ ਗਿਆ ਤਾਂ ਪਿੱਛੇ ਹੁਣ ਕਹਿ ਰਹੇ 3411 ਦਿਗਿਓ ਕੇ ਕਰਾ 3411 ਹੁਣ 3411 ਕੋ ਕੇ ਕਰਾਂਗਾ ਵੀ ਉਹ ਤਾਂ ਕੈਲਕੂਲੇਸ਼ਨ ਹੀ ਕੋ ਨਹੀਂ ਹੋ ਮੈਨੂੰ ਇਹ ਮਾਰੇ ਤੁੱਕੇ ਸਭ ਮਾਰੇ ਤੁੱਕੇ ਕਿਹੜਾ ਕਿਹੜਾ ਕਹਿੰਦਾ ਮੇਰਾ ਸਹੀ ਹੈ ਕਿਹੜਾ ਕਿਹੜਾ ਕਹਿੰਦਾ ਆਨਸਰ ਲਿਖ ਕੇ ਅੱਗੇ ਉੱਪਰ ਰੱਖ ਦਿਓ ਹੱਥ ਖੜਾ ਕਰ ਦਿਓ ਕਿ ਹਾਂਜੀ ਮੇਰਾ ਆਨਸਰ ਸਹੀ ਹੈ ਇਹਨੂੰ ਕੋਈ ਗਲਤ ਨਹੀਂ ਕਰ ਸਕਦਾ ਹੈਗਾ ਆਨਸਰ ਲਿਖ ਕੇ ਨਾ ਉਹਦੇ ਅੱਗੇ ਹੱਥ ਖੜਾ ਕਰ ਦਿਓ ਕਿ ਮੇਰਾ ਆਨਸਰ ਸਹੀ ਹੈ ਇਹਨੂੰ ਕੋਈ ਗਲਤ ਨਹੀਂ ਕਰ ਸਕਦਾ ਹੈਗਾ ਉਨਮਰਾਨੀ ਕਹਿ ਰਿਹਾ ਸੀ ਆਨਸਰ ਸਹੀ ਸੀ ਨੂੰ ਸਹੀ ਮੰਨਦੇ ਹੈਗੇ ਹੋਰ ਦੱਸੋ ਵੀ ਕਿਹੜਾ ਕਹਿ ਰਿਹਾ ਹੈਗਾ ਕੁਸ਼ਪਿੰਦਰ ਸਿੰਘ ਕਹਿ ਰਿਹਾ 13 ਜੋਤੀ ਸੰਧੂ ਕਹਿ ਰਿਹਾ 12 13 ਆਊਗਾ ਕੁਸ਼ਪਿੰਦਰ ਸਿੰਘ ਨੂੰ ਕੰਫੀਡੈਂਸ ਆ ਆਪ ਦੇ ਆਪ ਤੇ 13 ਆ ਰਿਹਾ ਮੇਰਾ ਮਨਪ੍ਰੀਤ ਕੋਰ ਮੇਰਾ ਤਾਂ 12 ਆਇਆ ਸੀ ਮੇਰਾ ਬਿਲਕੁਲ ਰਾਈਟ ਸੀ तेरह मेरा सही पंजा पूजा कंबोज फाजलका देख लाया गलत हो गया साहब लाली ली दीप कौर कह रहा तेरह आया मेरा कौर वेरी गुड पूजा कंबोज वेरी गुड तेरह रितु वर्मा बारह मजा नहीं आया गोल्डी गोल्डी, गोल्डी ग्यारह परसेंट मजा नहीं आया रानी कह रहे तेरह हाँ जी बिल्कुल मजा आ रहा है अच्छा है तेरह विल बी द राइट आंसर कह रहे है वेरी गुड मजा आ गया मेरा सही है ग्यारह ਹੁਣ ਦੇਖ ਲਓ ਮੈਂ ਮੈਥ ਜੀ ਦੀ ਤਾਰੀਫ ਕਰ ਰਿਹਾ ਹਾਂ ਗਲਤ ਹੀ ਹੋ ਸਕਦਾ ਵੀ ਦੇਖ ਲਿਆ ਜੀ ਆਜੋ ਹੁਣ ਦੇਖੋ ਕਦੇ ਵੀ ਨਾ ਇਹ ਚੀਜ਼ ਧਿਆਨ ਚ ਰੱਖਣੀ ਹੈਗੀ ਹੈ ਕਿ ਜਦੋਂ ਵੀ ਅਨਸਰ ਪੁੱਛ ਰਿਹਾ ਪਰਸੈਂਟੇਜ ਜਦੋਂ ਵੀ ਅਨਸਰ ਪੁੱਛ ਰਿਹਾ ਪਰਸੈਂਟੇਜ ਕਿ ਕਿੰਨੇ ਪਰਸੈਂਟ ਲਾਭ ਵਿੱਚ ਵੇਚਿਆ ਜਾਵੇ ਪਰਸੈਂਟੇਜ ਪੁੱਛ ਰਿਹਾ ਨਾ ਅਰੇ ਆ ਸਿਰਫ ਦਿਖਾਵੇ ਦਾ ਹੈ ਆ 3911 ਸਿਰਫ ਦਿਖਾਵੇ ਦਾ ਹੈਗਾ ਇੱਥੇ 3911 ਚ ਕੁਝ ਵਸਤੂਆਂ ਖਰੀਦੀਆਂ 3/8 ਵਸਤੂਆਂ ਨੂੰ ਕੀ ਕੀਤਾ 3/8 ਵਸਤੂਆਂ ਨੂੰ 5% ਮੁਨਾਫੇ ਚ ਵੇਚ ਦਿੱਤਾ 3/8 ਨੂੰ 5% ਮੁਨਾਫੇ ਚ ਵੇਚਦਾ ਅੰਦਰ राजे ਮਤਲਬ ਕੀ ਹੋਇਆ ਦੇਖੋ ਬਿਨਾ ਪੈਂਚੱਕੇ ਵੀ ਕਰ ਸਕਦੇ ਆ ਇਹਨੂੰ ਬਿਨਾ ਪੈਂਚੱਕੇ ਵੀ ਕਰ ਸਕਦੇ ਹੁਣ ਛੱਡ ਦਿਓ ਸਮਝ ਲਓ ਹੁਣ ਸਮਝ ਲਓ ਫਟਾਫਟ ਸਮਝਦ ਹੋਣ ਚੀਜ਼ਾਂ ਕੀ ਹੈਗੀ ਆ ਆਪਣੇ ਕੋਲ ਟਾਈਮ ਥੋੜਾ 3/8 ਵਸਤੂਆਂ ਨੂੰ 5% ਲਾਭ ਤੇ ਵੇਚਿਆ ਮਤਲਬ 8 ਟੋਟਲ ਸੀਗੀਆਂ 8 ਸਾਰੀਆਂ ਸੀਗੀਆਂ 8 ਚੋਂ 3 ਨੂੰ 5% ਤੇ ਵੇਚਿਆ 8 ਨੂੰ 8 ਚੋਂ 3 ਵਸਤੂਆਂ ਨੂੰ 5% ਤੇ ਲਾਭ ਤੇ ਵੇਚਿਆ ਕਿੰਨਾ ਹੋ ਗਿਆ 15% ਹੋ ਗਿਆ ਨਾ ਅੱਠ ਸਾਰੀਆਂ ਸੀਗੀਆਂ ਤਿੰਨ ਨੂੰ 5% ਲਾਭ ਤੇ ਵਿੱਚ ਆ ਤਾਂ 15% ਹੋ ਗਿਆ 803 ਵੇਚਤੀਆਂ ਬਚੀਆਂ ਕਿੰਨੀਆਂ ਪੰਜ ਪੰਜ ਨੂੰ ਕਿੰਨੇ ਪਰਸੈਂਟ ਲਾਭ ਤੇ ਵਿੱਚ ਕਿਉਂ ਨੂੰ ਸਾਰੀ ਵਸਤੂਆਂ ਦੇ ਸਾਰੀਆਂ ਕਿੰਨੀਆਂ ਅੱਠ ਸਾਰੀ ਵਸਤੂਆਂ ਅੱਠ ਤੇ ਕਿੰਨਾ ਲਾਭ ਆ ਰਿਹਾ ਉਹ ਕਹਿੰਦਾ ਸਾਰੀਆਂ ਤੇ 10% ਦੇ ਹਿਸਾਬ ਨਾਲ ਹੋ ਜੇ ਤਾਂ ਟੋਟਲ ਕਿੰਨਾ ਆਣਾ ਚਾਹੀਦਾ 80 ਆਣਾ ਚਾਹੀਦਾ ਨਾ ਐਨੀ ਗੱਲ ਕਲੀਅਰ ਹੈਗੀ ਆ ਤਾਂ ਫਟਾਫਟ ਥੰਬਸ ਅਪ ਕਰ ਦਿਓ ਅਗਰ ਐਨੀ ਗੱਲ ਕਲੀਅਰ ਹੈਗੀ ਆ ਤਾਂ ਫਟਾਫਟ ਥੰਬਸ ਅਪ ਕਰ ਦਿਓ ਰਾਜੇ ਗੁਰਕੀਰਤ ਸਿੰਘ ਵੈਰੀ ਗੁੱਡ ਸ਼ਾਬਾਸ਼ ਰਾਜੇ ਦੇਖੋ 3/8 ਵਸਤੂਆਂ ਨੂੰ 5% ਲਾਭ ਦੇ ਵਿੱਚ ਬੰਦਾ ਮਤਲਬ ਕੀ ਹੋਏਗੀ 8 ਸਾਰੀਆਂ ਸੀਗੀਆਂ 3 ਨੂੰ 5% ਦੇ ਹਿਸਾਬ ਨਾਲ ਵੇਚਤਾ ਤੈਨੂੰ 5% ਦੇ ਹਿਸਾਬ ਨਾਲ 15% ਹੋ ਗਿਆ 8 'ਚੋਂ 3 ਵੇਚਤੀਆਂ ਬਚੀਆਂ ਕਿੰਨੀਆਂ 5 5 ਨੂੰ ਕਿੰਨੇ ਪਰਸੈਂਟ ਲਾਭ ਤੇ ਵੇਚੀਏ ਕਿ ਸਾਰੀ ਵਸਤੂਆਂ ਤੇ ਸਾਰੀਆਂ ਕਿੰਨੀਆਂ 8 ਉਹਦੇ ਤੇ 10% ਦੇ ਹਿਸਾਬ ਨਾਲ ਲਾਭ ਹੋਵੇ ਤਾਂ 8 ਦਾ 10 ਨਾਲ ਗੁਣਾ ਕਰਾਂ ਮੈਂ ਕਿੰਨਾ ਆ ਗਿਆ 80 ਹੁਣ ਉੱਪਰ 15 ਪਿਆ ਹੈਗਾ ਇੱਥੇ ਕਿੰਨਾ ਹੋਵੇ ਇੱਥੇ ਕਿੰਨਾ ਹੋਵੇ ਕਿ ਅਸੀਂ ਬਣਦੇ 15 'ਚ ਕਿੰਨੇ ਜੋੜੀਏ 15 'ਚ ਜੋੜਾਂਗੇ 65 65 ਜੋੜਾਂਗੇ ਫਿਰ 80 ਹੋਏਗਾ ਨਾ ਇੱਥੇ 65 ਆ ਗਿਆ ਹੁਣ ਦੇਖੋ 5 ਨੂੰ ਕਿਹਦੇ ਨਾਲ ਗੁਣਾ ਕਰਾਈਏ 5 ਨੂੰ ਕਿਹਦੇ ਨਾਲ ਗੁਣਾ ਕਰਾਈਏ ਕਿ 65 ਆ ਜਾਏ ਰਾਜੇ ਤਾਂ 65 ਦਾ 5 ਤੇ ਵਾਗ ਕਰਾਉਂਗੇ 65 ਦਾ 5 ਤੇ ਵਾਗ ਕਰਾਉਂਗੇ ਤਾਂ 300 ਆ ਜਾਏਗਾ 13% 13 ਪੰਜੇ 65 ਹੁੰਦੇ ਨਾ ਤਾਂ ਬਚੀ ਹੋਈ 5 ਵਸਤੂਆਂ ਨੂੰ 13% ਦੇ ਹਿਸਾਬ ਨਾਲ ਲਾਹਰ ਤੇ ਵੇਚਿਆ ਜਾਵੇਗਾ ਤਾਂ ਫਿਰ ਹੀ ਜਾ ਕੇ ਪੂਰੇ ਚ ਕਿੰਨਾ ਲਾਭ ਹੋਏਗਾ ਰਾਜੇ 10% ਲਾਭ ਹੋਏਗਾ ਬੋਲੋ ਤਾਰਾ ਤਾਰਾ ਕਲੀਅਰ ਹੈ ਨਾ ਕਲੀਅਰ ਹੈ ਕੋਈ ਡਾਊਟ ਕਿੰਤੂ ਪਰੰਤੂ ਕੋਈ ਜੀ ਘਬਰਾਉਂਦਾ ਉਲਟੀ ਆਂਦੀ ਹੋਵੇ ਕਿਸੇ ਨੂੰ ਫਟਾਫਟ ਦੱਸ ਦੋ ਵੀ ਕਲੀਅਰ ਹੈ ਕਲੀਅਰ ਹੈ ਫਟਾਫਟ ਥੰਬਸ ਅਪ ਕਰ ਦਿਓ ਅਗਰ ਕਲੀਅਰ ਹੋ ਗਏ 13 ਜਨਾਂ ਦਾ ਵੀ ਆਇਆ ਹੋ ਸਹੀ ਹੈਗੇ ਡੋਲੂ 11 ਵਾਲਾ ਨਹੀਂ ਮੰਨ ਜਾ ਗਿਆ 12 ਵਾਲਾ ਦੇ ਮੰਨ ਜਾ ਗਿਆ 13 will be the right answer clear hai clear hai thumbs up thumbs up ha ji repeat kar de koi gall repeat kar de aajo aajo bahut badhiya aajo dekho keh gayi re raje aa na dekheya karo honde par jado bhi percentage puchha hove na mai meri ajj bhi likh lo gall kithe bhi side te likh lo copy te note bana ke ਕਿ ਜਦੋਂ ਵੀ ਕੁਐਸਚਨ ਆਪਾਂ ਨੂੰ ਪਰਸੈਂਟੇਜ ਚ ਪੁੱਛ ਰਿਆ ਹੈ ਨਾ ਤਾਂ ਦਿੱਤੇ ਗਏ ਜੋ ਵੀ ਡਾਟਾ ਹੈ ਉਹਦਾ ਕੋਈ ਯੂਜ਼ ਨਹੀਂ ਕਰਨਾ ਹੁਣ ਡਾਟਾ ਕਿਸੀ 54 34 11 ਸੀ ਉਹਦਾ ਕੋਈ ਯੂਜ਼ ਹੈ ਨਹੀਂਗਾ ਇਹਨਾਂ ਛੱਡ ਦਿਓ 10/8 ਵਸਤੂ ਉਹਨਾਂ ਮਤਲਬ 8 ਚੋਂ 3 ਵਸਤੂਆਂ 5% ਦੇ ਹਿਸਾਬ ਨਾਲ ਵੇਚੀਆਂ ਗਈਆਂ 3 5 15% ਹੋ ਗਿਆ ਬਚੀਆਂ ਕਿੰਨੀਆਂ 8 ਚੋਂ 3 ਵੇਚੀਆਂ ਬਚੀਆਂ 5 5 ਨੂੰ ਕਿੰਨੇ ਪਰਸੈਂਟ ਲਾਭ ਤੇ ਵੇਚਿਆ ਜਾਵੇ ਕਿ ਸਾਰੀਆਂ ਵਸਤੂਆਂ ਤੇ ਸਾਰੀਆਂ ਕਿੰਨੀਆਂ 8 10% ਦਾ ਲਾਭ ਹੋਵੇ 8 10 ਕਿੰਨਾ ਆ ਗਿਆ 80 15 80 ਬਚਿਆ ਕਿੰਨਾ 65 ਇੱਥੇ 65 ਆਏਗਾ ਫੇਰ ਹੀ 80 ਹੋਏਗਾ ਨਾ ਤੇ 5 ਨੂੰ ਕਿਹਦੇ ਨਾਲ ਗੁਣਾ ਕਰਾਈਏ 5 ਨੂੰ ਗੁਣਾ ਕਰਾਈਏ 13% ਦੇ ਨਾਲ ਤਾਂ ਅੰਸਰ ਕਲੀਅਰ ਹੋ ਜਾਏਗਾ ਸੰਦੀਪ ਕੁਮਾਰ ਵੈਰੀ ਗੁੱਡ ਰਾਜੇ ਬਹੁਤ ਵਧੀਆ ਅਮ ਅਨੀਤਾ ਕੋਸ਼ਲ ਕਹੇ ਰਿਆ ਸਰ ਇੱਥੇ ਹੋ ਜਾਣਾ ਪੇਪਰ ਚ ਨਹੀਂ ਹੁੰਦਾ ਅਨੀਤਾ ਕੋਸ਼ਲ ਸਭ ਕੁਝ ਹੋਏਗਾ ਬੀ ਪੇਸ਼ੈਂਸ ਸਬਰ ਰੱਖੋ ਸਾਰਾ ਕੁਝ ਹੋਊਗਾ ਲਗਾਤਾਰ ਕਲਾਸਾਂ ਲਾਓ ਪੇਡ ਚ ਵੀ ਲਾਓ ਇੱਥੇ ਵੀ ਲਾਓ ਨਾ ਹੋਵੇ ਫਿਰ ਕਿਉ ਮੈਨੂੰ ਚਲੋ ਵੀ ਅੱਗੇ ਚੱਲਦੇ ਹੈਗੇ ਠੀਕ ਹੈ স্ক্রিনਸ਼ਾਟ ਲੈ ਲਓ ਸਾਰੇ ਜਣੇ স্ক্রিনਸ਼ਾਟ ਲੈ ਲਓ ਸਾਰੇ ਜਣੇ ਇਹ ਤੁਹਾਡਾ ਹੈ ਹੋਮਵਰਕ ਸਾਰੇ ਜਣੇ ਸਕਰੀਨਸ਼ਾਟ ਲੈ ਲਓ ਬਟਾ ਬਟ ਰਾਜੇ ਇਹ ਤੁਹਾਡਾ ਹੋਮਵਰਕ ਹੈਗਾ ਇਹ ਤੁਹਾਡਾ ਹੋਮਵਰਕ ਹੈਗਾ ਤੁਸੀਂ ਇਹਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋਗੇ ਕਿ ਆਨਸਰ ਕਿੰਨਾ ਆਏਗਾ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋਗੇ ਕਿੰਨਾ ਆਏਗਾ ਹੁਣੇ ਕੋਈ ਕਮੈਂਟ ਦੇ ਵਿੱਚ ਆਨਸਰ ਨਹੀਂ ਲਿਖੇਗਾ ਇਹ ਧਿਆਨ ਰੱਖ ਲਿਓ ਹੁਣੇ ਕੋਈ ਕਮੈਂਟ ਦੇ ਵਿੱਚ ਏ ਅਨਸਰ ਨਹੀਂ ਲਿਖੇਗਾ ਇਸ ਕੁਐਸਚਨ ਦਾ ਜਦੋਂ ਵੀਡੀਓ ਖਤਮ ਹੋਏਗੀ ਤਾਂ ਇਸ ਟਾਈਮ 258 ਬੱਚੇ ਦੇਖ ਰਹੇ ਹੈਗੇ ਆ ਸਾਰੇ ਮੇਰੇ ਨਾਲ ਵਾਦਾ ਕਰੋ ਸਾਰੇ ਮੇਰੇ ਨਾਲ ਪ੍ਰੋਮਿਸ ਕਰੋ ਕਿ ਇਸ ਕੁਐਸਚਨ ਦਾ ਅਨਸਰ ਜਦੋਂ ਵੀਡੀਓ ਖਤਮ ਹੋਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਅਨਸਰ ਦੇ ਨਾਲ ਵੀਡੀਓ ਕਿਹੋ ਜੀ ਰਹੀ ਪੜਾਇਆ ਕਿਹੋ ਜਿਹਾ ਲੱਗ ਰਿਹਾ ਹੈਗਾ ਤਾਂ ਕਮੈਂਟ ਸੈਕਸ਼ਨ 'ਚ ਸਾਰੇ ਕਮੈਂਟ ਕਰਕੇ ਜਾਓਗੇ ਠੀਕ ਹੈ ਕਲੀਅਰ ਹੈ ਨਾ ਥੈਂਕ ਯੂ ਥੈਂਕ ਯੂ ਠੀਕ ਹੈ ਸਾਰੇ ਜਣੇ ਨੇ ਇਹਦਾ ਅਨਸਰ ਕਮੈਂਟ ਕਮੈਂਟ ਬਾਕਸ 'ਚ ਲਿਖਣਾ ਹੈਗਾ ਤੇ ਸਾਰੇ ਜਣਿਆਂ ਨੇ ਕਮੈਂਟ ਕਰਨਾ ਕਿ ਵੀਡੀਓ ਕਿਹੋ ਜਿਹੀ ਲੱਗੀ ਵਧੀਆ ਲੱਗੀ ਤਾਂ ਵਧੀਆ ਲਿਖੋ ਅਗਰ ਮਾੜੀ ਲੱਗੀ ਤਾਂ ਮਾੜੀ ਲਿਖ ਦਿਓ ਬਾਕੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਮਾੜੀ ਲੱਗੀ ਹੋਵੇਗੀ ਸਾਰੇ ਬੱਚੇ ਐਨਾ ਪਿਆਰ ਦੇ ਰਿਹਾ ਹੈ ਐਨਾ ਸਪੋਰਟ ਕਰ ਰਿਹਾ ਸਾਰੇ ਜਣੇ ਇਹਦਾ ਆਨਸਰ ਤੇ ਆਪਦੀ ਗੁੱਡ ਵਿਸ਼ੇਸ ਸਾਰਾ ਕੁਝ ਕਮੈਂਟ ਬਾਕਸ ਚ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਲਿਖ ਕੇ ਜਾਓ ਆਪਾਂ ਮਿਲਾਂਗੇ ਅਗਲੀ ਕਲਾਸ ਉਸ ਤੋਂ ਪਹਿਲੇ ਦੇਖ ਲਓ ਵੀ ਜੋ ਆਫਰ ਲੱਗਿਆ ਹੋਇਆ ਦੇਖ ਲਓ ਵੀ ਆਜੋ ਹੁਣ ਜਿਹੜੇ ਪੁੱਛ ਰਹੇ ਸੀ ਪੇਡ ਵਾਲੇ ਪੁੱਛ ਲਈ ਸੀ ਪੇਡ ਵਾਲਿਆਂ ਦੱਸ ਦੇਣਾ ਵੀ ਬੈਚ ਕਿਵੇਂ ਲੈਣਾ ਬੈਚ ਲੈਣ ਵਾਸਤੇ Google ਤੇ ਜਾਓਗੇ ਅਡਾ 247 ਲਿਖੋਗੇ ਅਡਾ 247 ਲਿਖਦੇ ਹੀ ਉੱਪਰ ਪਹਿਲਾ ਲਿੰਕ ਆਏਗਾ ਪਹਿਲੇ ਲਿੰਕ ਤੇ ਕਲਿੱਕ ਕਰੋਗੇ ਰਾਜੇ ਆਲ ਕੋਰਸਸਟ ਆਜੋ ਸਟੇਟ ਐਗਜ਼ਾਮ ਚਾਜੋ ਸਟੇਟ ਐਗਜ਼ਾਮ ਚ ਪੰਜਾਬ ਚ ਆਗੇ ਪੰਜਾਬ ਚ ਆਗੇ ਤਾਂ ਸਾਰਿਆਂ ਦੇ ਡਿਸਕਾਊਂਟ ਚੱਲੇ ਹੋਏ ਰਾਜੇ ਪੰਜਾਬ ਪੁਲਿਸ ਚਾਜੋ ਪੰਜਾਬ ਪੁਲਿਸ ਟਾਓਗੇ ਤਾਂ ਪੰਜਾਬ ਪੁਲਿਸ ਦੇ ਜੋ ਬੈਚ ਹੈਗੇ ਆ ਪਿਆ ਕਨਸਟੇਬਲ ਕਨਸਟੇਬਲ ਤੇ ਜਾ ਕੇ ਕੀ ਕਰੋਗੇ ਰਾਜੇ ਬਾਈਨੋ ਤੇ ਕਲਿੱਕ ਕਰੋਗੇ ਕੋਡ ਕਿਹੜਾ ਲਾਉਂਗੇ ਕੋਡ ਲਾਉਂਗੇ ਆਪਣਾ Y752 Y752 ਲਾ ਕੇ ਅਪਲਾਈ ਕੀਤਾ 1380 ਰੁਪਏ ਦਾ ਹੋ ਗਿਆ 1380 ਰੁਪਏ ਦਾ ਕੌਨਸਟੇਬਲ ਇੰਨਾ ਸਸਤਾ ਮਿਲ ਰਾ ਰਾਜੇ ਮੌਕਾ ਮਿਸ ਨਾ ਕਰੋ ਜਿੰਨਾ ਜਿਹੜੇ ਜਣੇ ਨਹੀਂ ਜੁੜੇ ਪੇਡ ਦੇ ਵਿੱਚ ਜਾ ਕੇ ਜਰੂਰ ਜੋੜਦੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ 1380 ਰੁਪਏ ਦੇ ਵਿੱਚ ਤੁਹਾਡੇ ਉੱਤੇ ਕਿੰਨੇ ਟੀਚਰ ਹੈ ਦੇਖ ਲਓ 12 ਟੀਚਰ ਹੈਗੇ ਐ ਪੰਜਾਬ ਬੇਡਾ ਦੀ ਪੂਰੀ ਟੀਮ ਕੰਮ ਕਰੇਗੀ ਤਾਂ ਜਿਨ੍ਹਾਂ ਨੇ ਨਹੀਂ ਲਿੱਤਾ ਜਾ ਕੇ ਲੈ ਲਓ ਕੋਡ ਕਿਹੜਾ ਲਾਣਾ Y752 ਅੱਗੇ ਦੇਖ ਲਓ ਹੋਰ ਦੇਖ ਲਓ ਹੁਣ ਪੰਜਾਬ ਪੁਲਿਸ ਦਾ ਐਸਆਈ ਦੀ ਗੱਲ ਕਰ ਲਈਦਾ ਐਸਆਈ ਦੀ ਗੱਲ ਕਰਾਂਗੇ ਤਾਂ ਪਟਵਾਰੀ ਵਾਲਿਆਂ ਵਾਸਤੇ ਵੀ ਦੱਸ ਦੂੰਗਾ ਠੀਕ ਹੈ ਬਾਈ ਨਾ ਉਹ ਤੇ ਕਲਿੱਕ ਕੀਤਾ Y 752 Y 752 ਲਾਉਂਗੇ ਅਪਲਾਈ ਕਰੋਗੇ ਕਿੰਨੇ ਦਾ 1700 ਰੁਪਏ ਦਾ ਤਾਂ ਐਸਆਈ 1700 ਰੁਪਏ ਦਾ ਮਿਲ ਰਿਹਾ ਹੈਗਾ ਪਟਵਾਰੀ ਜਿਹੜਾ ਆਪਣਾ ਕਰਨਵੀਰ ਬੈਚ ਹੈਗਾ ਕਰਨਵੀਰ ਬੈਚ ਲਾਉਂਗੇ ਤਾਂ ਉਹ ਵੀ ਤੁਹਾਨੂੰ 1700 ਰੁਪਏ ਦਾ ਹੀ ਮਿਲ ਰਿਹਾ ਹੈਗਾ ਜਿਹੜੇ ਬੱਚਾ ਨੇ ਨਹੀਂ ਲਿੱਤਾ ਜਰੂਰ ਜਾ ਕੇ ਲੈ ਲਿਓ ਤੇ ਪੇਡ ਦੇ ਵਿੱਚ ਜਰੂਰ ਜੁੜ ਜੋ ਕਿਉਂਕਿ ਪੇਡ ਦੇ ਵਿੱਚ ਤੁਹਾਨੂੰ ਪੀਡੀਐਫ ਈ ਬੁਕਸ ਕੰਟੈਂਟ ਐਨਾ ਢੇਰ ਸਾਰਾ ਕੰਟੈਂਟ ਪ੍ਰੋਵਾਈਡ ਹੁੰਦਾ ਹੈਗਾ ਨਾ ਤਾਂ ਜਾ ਕੇ ਜਰੂਰ ਜੋੜ ਧੋ ਮੌਕਾ ਮਿਸ ਨਾ ਕਰੋ ਐਨਾ ਸਸਤਾ ਮਿਲ ਰਿਹਾ ਹੈਗਾ ਤਾਂ ਠੀਕ ਹੈ ਜਿਹੜੇ ਜਿਹਨੇ ਮੌਕਾ ਮਿਸ ਕਰ ਗਏ ਉਹ ਦੇਖਦੇ ਰਹਿ ਜਾਣਗੇ ਕਿ ਹਾਂਜੀ ਸਾਡਾ ਰਹਿ ਗਿਆ ਇੱਕ ਹੋਰ ਦੇਖ ਲਓ ਕਿ ਜੋ ਆਪਣਾ ਮਹਾ ਪੈਕ ਹੈਗਾ ਜੋ ਮਹਾ ਪੈਕ ਹੈਗਾ ਜਿਹੜੇ ਜਿਹਨੇ ਕਹਿ ਰਹੇ ਸੀ ਸਾਰਿਆਂ ਦੇ ਪੇਪਰ ਦੇਣੇ ਹੈਗੇ ਤਾਂ ਸਾਰਿਆਂ ਦੇ ਪੇਪਰ ਦੇਣ ਵਾਸਤੇ ਇੱਕ ਪੰਜਾਬ ਦਾ ਮਹਾ ਪੈਕ ਆਪਣਾ ਚੱਲ ਰਿਹਾ ਹੈਗਾ 14000 ਰੁਪਏ ਦਾ ਹੈਗਾ ਐਨੇ ਪੈਸੇ ਤੁਸੀਂ ਦੇਣੇ ਨਹੀਂਗੇ ਟਿਕਟ ਪਰ ਦੋ 22752 ਕੋਡ ਲਾਉਂਗੇ ਰਾਜੇ 22752 ਕੋਡ ਲਾ ਕੇ ਕਲਿੱਕ ਕਰੋਗੇ 3200 ਰੁਪਏ ਦਾ ਹੋਵੇ ਤਾਂ 3200 ਰੁਪਏ ਦੇ ਵਿੱਚ ਪੂਰਾ ਮਹਾਪੈਕ ਮਿਲ ਰਿਹਾ ਤਾਂ ਜਾ ਕੇ ਮਹਾਪੈਕ ਪਰਚੇਸ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੈਗਾ ਮੌਕਾ ਮਿਸ ਨਾ ਕਰੋ ਠੀਕ ਹੈ ਤੇ ਕੋਡ ਕਿਹੜਾ ਲਾਣਾ ਕੋਡ ਲਾਣਾ ਹੈਗਾ 22752 ਆਹ ਕੁਐਸਚਨ ਦਾ ਅਨਸਰ ਤੁਸੀਂ ਮੈਨ ਕਮੈਂਟ ਬਾਕਸ ਚ ਜ਼ਰੂਰ ਦੱਸ ਕੇ ਜਾਇਓ ਠੀਕ ਹੈ ਵੀ ਤੇ ਕੋਡ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਲੈਣਾ ਹੋਵੇ ਤਾਂ ਠੀਕ ਹੈ ਆਪਾਂ ਮਿਲਦੇ ਆ ਅਗਲੀ ਕਲਾਸ ਤਦੋਂ ਤੱਕ ਟੇਕ ਕੇਅਰ ਬਾਏ ਬਾਏ ਬੀ ਕੋ ਡਾਊਟ ਹੈ ਤਾਂ ਪੁੱਛ ਸਕਦੇ ਆ ਆਪਣੇ ਕੋਲ ਸਿਰਫ 10 20 ਸਕਿੰਟ ਹੈਗੇ फटाफट ਪੁੱਛ ਸਕਦੇ ਹੋ ਬਟ ਐਵਰ ਦੱਸੋ ਵੀ ਅਗਿਆਸ ਤੋਂ ਬਾਅਦ ਔੜੀ ਕਲਾਸ ਹੈ ਅਗਿਆਸ ਤੋਂ ਬਾਅਦ ਆਪਣੇ ਮਹਿੰਦਰ ਸਰ ਦੀ ਕਲਾਸ ਹੈਗੇ ਜਿਹੜੇ ਬੱਚੇ ਇੱਥੇ ਜੁੜੇ ਹੋਏ ਆ ਸਾਰੇ ਜਣੇ ਮਹਿੰਦਰ ਸਰ ਦੀ ਕਲਾਸ ਨੂੰ ਜੁਆਇਨ ਕਰ ਲਿਓ ਐ ਸੋ ਜਸਟ ਬਾਅਦ ਕਲਾਸ ਆ ਰਹੀ ਹੈ ਤਾਂ ਸਾਰੇ ਜਣੇ ਬਜੜ ਜਾਈਓ ਉੱਥੇ ਪੇੜ ਵਾਲੀ ਕਲਾਸ ਕਾਦਲ ਜੀ ਸ਼ੋ ਹੋ ਜਾਏਗੀ ਤੁਹਾਨੂੰ ਥੋੜੀ ਦੇਰ ਚ ਸ਼ੋ ਹੋ ਜਾਏਗੀ ਠੀਕ ਹੈ ਥੋੜੀ ਟਾਈਮ ਲੱਗਦਾ ਹੈਗਾ ਪੇੜ ਚ ਸ਼ੋ ਕਰਾਉਣ ਵਾਸਤੇ ਠੀਕ ਹੈ ਵੀ ਕਲੀਅਰ ਹੈ ਓਕੇ ਵੀ ਟੇਕ ਕੇ ਬਾ ਬਾਏ ਵੀ